ਚਮਕੀਲਾ ਮੂਵੀ ਨੇ ਵੀ ਬੜਾ ਅੱਛਾ ਨਾਮ ਕੀਤਾ ਹੈ। ਦਲਜੀਤ ਬਾਈ ਉਹਨਾਂ ਨਾਲ ਮੁਲਾਕਾਤ ਹੋਈ ਕਦੇ? ਦਲਜੀਤ ਦੋਸਾਂਝ, ਹਾਂਜੀ ਹਾਂ, ਦਲਜੀਤ ਭਾਜੀ ਦੀ ਉੜਤਾ ਪੰਜਾਬੀ ਐਜ਼ ਅ ਲਾਈਨ ਪ੍ਰੋਡਿਊਸਰ ਕੀਤੀ ਸੀ ਅਸੀਂ, ਤਾਂ ਦਲਜੀਤ ਭਾਜੀ ਵੀ ਬਹੁਤ ਡਾਊਨ ਟੂ ਅਰਥ, ਤੇ ਮੈਨੂੰ ਲੱਗਦਾ ਵੀ ਅੱਜ ਉਹ ਜਿਹੜੀ ਜਗ੍ਹਾ ਤੇ ਹੈਗੇ ਨੇ, ਜਿਹੜੀ ਵੀ ਅਚੀਵਮੈਂਟਸ ਹੈਗੀਆਂ ਨੇ, ਉਹ ਡਿਜ਼ਰਵ ਕਰਦੇ ਨੇ ਉਹ ਜਗ੍ਹਾ ਨੂੰ। ਆਪਾਂ ਵਾਈਟ ਪੰਜਾਬ ਦੀ ਗੱਲ ਕੀਤੀ, ਸੈਪਰੇਟ ਜਿਹਾ ਟੌਪਿਕ ਸੀ ਉਹਦੇ ਵਿੱਚ, ਕਿਵੇਂ ਫਿਰ ਸੋਚਿਆ? ਪੰਜਾਬ 'ਚ ਰਹਿੰਦੇ ਹਾਂ ਨਾ, ਥੋੜ੍ਹਾ ਜਿਹਾ ਆਪਾਂ ਨੂੰ ਸ਼ੋਅ ਆਫ ਕਰਨ ਦੀ ਹੈਬਿਟ ਹੁੰਦੀ, ਆਦਤ ਹੁੰਦੀ ਆ, ਦਿਖਾਵਾ ਕਰਦੇ ਕਰਦੇ ਉਦਾਂ ਹੀ ਫਨ ਲਈ ਪਹਿਲਾਂ ਆਪਾਂ ਨਸ਼ੇ ਕਰ ਲੈਂਦਾ ਬੰਦਾ, ਤੇ ਨਸ਼ਾ ਜਾਂ ਗੈਂਗਸਟਰਵਾਦ ਸਿਰਫ ਇੱਕ ਜਣੇ ਦੀ ਮੌਤ ਨਹੀਂ ਹੁੰਦੀ, ਉਹ ਇੱਕ ਜਣੇ ਦਾ ਮਰਨਾ ਨਹੀਂ ਹੁੰਦਾ, ਉਹ ਸਾਰੇ ਟੱਬਰ ਦਾ, ਪਰਿਵਾਰਾਂ ਦੇ ਪਰਿਵਾਰ, ਪੀੜ੍ਹੀਆਂ ਦਾ ਖਤਮ ਹੋਣਾ ਹੁੰਦਾ। ਸਿੱਧੂ ਮੂਸੇਵਾਲੇ ਦੀ ਗੱਲ ਕਰ ਲਈਏ, ਉਹ ਵੀ ਕਿਤੇ ਨਾ ਕਿਤੇ ਗੈਂਗਸਟਰਵਾਦ ਦੇ ਸ਼ਿਕਾਰ ਹੋਏ, ਤੇ ਤੁਹਾਡੇ ਬੜੇ ਕਰੀਬੀ ਦੋਸਤ ਵੀ, ਕਿਵੇਂ ਡੁਕੇਲਾ ਕਿਉਂਕਿ ਯੂਨੀਵਰਸਿਟੀ ਇਲੈਕਸ਼ਨ ਦੇ ਤੁਹਾਡੇ ਕਰੀਬੀ ਦੋਸਤ ਸੀਗੇ? ਸਿੱਧੂ ਬਾਈ ਦੀ ਯੈਸ ਆਈ ਐਮ ਸਟੂਡੈਂਟ ਫਿਲਮ ਦੇ ਆਪਾਂ ਲਾਈਨ ਪ੍ਰੋਡਿਊਸਰ ਵੀ ਹਾਂ, ਉਦੋਂ ਚਲੋ ਬਚਪਨਾ ਹੁੰਦਾ ਵੀ ਕਿ ਕਲੀਅਰ ਸੀ ਵੀ ਯਾਰ ਪੂਸੂ ਆਪਣੀ ਨਹੀਂ ਹੈਗੀ, ਬਾਕੀ ਹਨਾ ਸਾਰੀਆਂ ਪਾਰਟੀਆਂ 'ਚ ਮਿੱਤਰ ਪਿਆਰੇ ਉਹੀ ਸੋਪੂ ਵਾਲਾ ਸਰਕਲ ਸੀਗਾ, ਉਹ ਟੁੱਟ ਕੇ ਅੱਡ ਅੱਡ ਪਾਰਟੀਆਂ 'ਚ ਜਾਂਦਾ ਰਿਹਾ, ਸੋਈ 'ਚ ਗਏ। ਗੱਬਰ ਬਾਈ ਬੜੀਆਂ ਕਹਾਣੀਆਂ ਵੀ ਹੈ ਗਾਣੇ ਦੇ ਵਿੱਚ, ਜਿਵੇਂ ਮੈਂ ਸਟਾਰਟਿੰਗ ਲਾਈਨ ਵੀ ਬੋਲੀ ਸੀ, ਸੈਂਟਰ 'ਤੇ ਖੜੇ ਗੱਬਰ ਲਹਿਰੇ ਵਾਲੇ ਨੇ ਮੇਰਾ ਹੱਥ ਫੜਿਆ, ਸੈਂਟਰ 'ਤੇ ਖੜੀ ਮੈਂ ਲਹਿਰੇਗਾ ਕੇ ਗੱਬਰ ਤੂੰ ਹੱਥ ਫੜਿਆ, ਕਿ ਸੱਚੀ ਕਹਾਣੀ ਸੀ ਜਾਂ ਤੁਸੀਂ ਸੱਚੀ ਕਿਸੇ ਦਾ ਹੱਥ ਫੜਿਆ ਸੀ ਉਸ ਟਾਈਮ? ਚਲੋ ਬਾਈ ਹੁਣ ਤਾਂ ਵਿਆਹੇ ਗਏ ਹਨਾ, ਛੋਟਾ ਇੱਕ ਛੋਟਾ ਗੱਬਰ ਵੀ ਲਾਂਚ ਕਰਤਾ ਸੀਗਾ, ਤਾਂ ਕਰਕੇ ਠੀਕ ਆ। ਗੱਬਰ ਬਾਈ ਇੱਕ ਨਾ ਤੁਸੀਂ ਮਤਲਬ ਸਿਰਫ ਸੋਪੂ ਲਈ ਗਾਣੇ ਨਹੀਂ ਲਿਖੇ ਸੀ, ਸੋਈ ਲਈ ਵੀ ਮੈਂ ਦੇਖਿਆ ਵੀ ਹਰ ਉਹ ਪਾਰਟੀਆਂ ਲਈ ਵੀ ਤੁਸੀਂ ਗਾਣੇ ਲਿਖੇ, ਤੇ ਮੈਨੂੰ ਗਾਣੇ ਤੋਂ ਯਾਦ ਵੀ ਆ ਉਦੋਂ ਜਦੋਂ ਗਾਣਾ ਹਿੱਟ ਹੋ ਗਿਆ ਸੀਗਾ, ਤਾਂ ਪੂਸੂ ਵਾਲੇ ਵੀਰਾਂ ਦੇ ਮੈਸੇਜ ਆਉਣੇ ਇਨਬੋਕਸ, ਕਹਿੰਦੇ ਯਾਰ ਬਾਈ ਤੂੰ ਆਹ ਗਲਤ ਕਰ ਗਿਆ ਸਾਡੇ ਨਾਲ। ਗੱਬਰ ਬਾਈ ਬੜਾ ਜਿਗਰਾ ਚਾਹੀਦਾ ਜਦੋਂ ਆਪਾਂ ਗੈਂਗਸਟਰ ਬਾਰੇ ਗੱਲ ਕਰਦੇ ਹਾਂ ਨਾ, ਕਿਉਂਕਿ ਕਹਿੰਦੇ ਬੜਾ ਔਖਾ ਹੁੰਦਾ ਗੱਲ ਕਰਨੀ, ਤੇ ਤੁਸੀਂ ਲਗਾਤਾਰ ਇਸ ਮੁੱਦੇ ਤੇ ਗੱਲ ਕਰਦੇ ਹੋ, ਕਿਵੇਂ ਆਉਂਦਾ ਇੰਨਾ ਜਿਗਰਾ ਵੀ ਇਸ ਮੁੱਦੇ ਤੇ ਗੱਲ ਕਰਨ ਬਾਰੇ? ਦੇਖੋ ਹੁੰਦਾ ਥੋੜ੍ਹਾ ਜਿਹਾ ਔਖਾ ਵੀ, ਐਵੇਂ ਕਹਿ ਲਈਏ ਐਡੀ ਸੌਖੀ ਨਹੀਂ ਹੁੰਦੀ ਇਹ, ਹਨਾ ਵੀ ਜਿਵੇਂ ਉਹ ਕਹਿੰਦੇ ਨੇ ਕਾਗ ਕਾ ਦਰਿਆ ਹੈ ਔਰ ਤੈਰ ਕੇ ਜਾਣਾ ਹੈ, ਕਹਿੰਦੇ ਵੀ ਤਿੰਨ ਵਰਡ ਰੱਖ ਲਓ, ਚਾਹੇ ਚੰਡੀਗੜ੍ਹ ਪਾ ਦਿਓ, ਚਾਹੇ ਹਥਿਆਰ ਪਾ ਦਿਓ, ਚਾਹੇ ਨਸ਼ੇ ਪਾ ਦਿਓ, ਉਹਨਾਂ ਨਾਲ ਗਾਣਾ ਬਣ ਜਾਂਦਾ। ਤੁਹਾਡੇ ਜਿਹੜੇ ਗਾਣੇ ਉਹ ਤਾਂ ਬੜੇ ਯੂਨੀਕ ਹੁੰਦੇ ਆ। ਮੇਰੇ ਕੋਲ ਪਏ ਨੇ 50,000 ਵੇ ਹੋਰ ਵੀ ਮੰਗਾ ਲੂੰ, ਵੱਡੀ ਭੈਣ ਮੇਰੀ ਵਾਰ ਬੇ, ਉਹ ਲਾਈਨ ਕਾਫੀ ਲੋਕ ਰਿਲੇਟ ਕਰਦੇ ਨੇ। ਮੈਂ ਪਰਸਨਲੀ ਕਿਸੇ ਪਾਰਟੀ 'ਚ ਨਹੀਂ ਰਿਹਾ, ਹਾਂ ਪੋਸਟਰ ਲਾਏ ਨੇ, ਸਾਰਾ ਕੁਛ ਫਨ ਕੀਤਾ, ਇੰਜੋਏ ਕੀਤਾ, ਕਿਉਂਕਿ ਉਹ ਰੋਬਿਨ ਵੀਰਾ ਹੋ ਗਿਆ, ਬਾਠ ਭੁਪਿੰਦਰ ਬਾਈ ਹੋ ਗਿਆ, ਇਹ ਸਾਰੇ ਮਿੱਤਰ ਸਰਕਲ ਸੀਗਾ, ਸਾਰਾ ਕੁਛ ਸੀਗਾ। ਟੋਰ ਦੁਨੀ ਹੋ ਗਈ ਜਦੋਂ ਸੈਂਟਰ 'ਤੇ ਖੜੀ ਮੈਂ, ਲਹਿਰੇ ਗਾਗਾ ਗੱਬਰ ਤੂੰ ਹੱਥ ਫੜਿਆ। ਨਮਸਕਾਰ, ਅਦਾਬ, ਸਤਿ ਸ਼੍ਰੀ ਅਕਾਲ, ਇੱਕ ਵਾਰ ਫਿਰ ਸਵਾਗਤ ਕਰਦੇ ਹਾਂ ਤੁਹਾਡਾ ਦਾ ਪਲਸ ਟਾਕ 'ਤੇ, ਅਤੇ ਅੱਜ ਸਾਡੇ ਨਾਲ ਉਹ ਸ਼ਖਸ ਮੌਜੂਦ ਨੇ ਜਿਨ੍ਹਾਂ ਨੂੰ ਚਾਹੇ ਅਸੀਂ ਰਾਈਟਰ ਕਹੀਏ, ਚਾਹੇ ਡਾਇਰੈਕਟਰ ਕਹੀਏ, ਚਾਹੇ ਪ੍ਰੋਡਿਊਸਰ ਕਹੀਏ, ਆਪਣੇ ਆਲਰਾਊਂਡਰ ਪ੍ਰਦਰਸ਼ਨ ਨਾਲ ਉਹਨਾਂ ਨੇ ਸਮਾਜ ਲਈ ਇੱਕ ਐਗਜ਼ਾਮਪਲ ਸੈੱਟ ਕੀਤੀ ਹੈ। ਪੰਜਾਬ ਯੂਨੀਵਰਸਿਟੀ ਤੋਂ ਲਿਖਣ ਵਾਲਾ, ਲਹਿਰੇ ਗਾਗੇ ਤੋਂ ਉੱਭਰਿਆ ਹੋਇਆ ਇਹ ਨੌਜਵਾਨ, ਸਵਾਗਤ ਕਰਦੇ ਹਾਂ ਗੱਬਰ ਸੰਗਰੂਰ ਦਾ। ਗੱਬਰ ਜੀ ਬਹੁਤ ਬਹੁਤ ਸਵਾਗਤ ਕਰਦੇ ਤੁਹਾਡਾ ਸਾਡੇ ਸ਼ੋਅ 'ਤੇ। ਧੰਨਵਾਦ ਬਾਈ ਜੀ, ਧੰਨਵਾਦ, ਸ਼ੁਕਰੀਆ ਬਾਈ ਜੀ। ਗੱਬਰ ਜੀ ਸਭ ਤੋਂ ਪਹਿਲਾਂ ਤਾਂ ਮੈਂ ਇਹੀ ਪੁੱਛਣਾ ਚਾਹੁੰਦਾ, ਗੱਬਰ ਸੰਗਰੂਰ ਜਿਹੜਾ ਨਾਮ ਆ ਨਾ, ਉਹ ਆਪਣੇ ਆਪ 'ਚ ਇੱਕ ਬ੍ਰਾਂਡ ਬਣ ਚੁੱਕਿਆ ਹੁਣ ਇਸ ਟਾਈਮ, ਕਿਵੇਂ ਨਾਮ ਪਿਆ, ਕਿਵੇਂ ਨਾਮ ਦੀ ਜਿਹੜੀ ਇਹ ਉਤਪਤੀ ਹੋਈ ਗੱਬਰ ਸੰਗਰੂਰ ਦੀ? ਧੰਨਵਾਦ ਬਾਈ, ਮੈਨੂੰ ਵੀ ਲੱਗਦਾ ਵੀ ਨਾਮ ਬ੍ਰਾਂਡ ਹੀ ਹੋਣੇ ਚਾਹੀਦੇ ਨੇ ਸਾਰਿਆਂ ਦੇ, ਨਿਕਨੇਮ ਹੀ ਆ ਸਮਝ ਲਓ, ਅਤੇ ਨਿਕਨੇਮ ਵੀ ਕਿੱਥੋਂ ਪਿਆ ਸੀ, ਸੈਮੁਲ ਜੌਨ ਉਸਤਾਦ ਜੀ ਹੋਰਾਂ ਨਾਲ ਜਦੋਂ ਥੀਏਟਰ ਕਰਦੇ ਸੀ ਉੱਥੋਂ ਇਹ ਪਿਆ ਸੀਗਾ, ਤਾਂ ਹੌਲੀ ਹੌਲੀ ਇਹੀ ਨਾਮ ਫੇਮਸ ਹੋ ਗਿਆ। ਸੰਗਰੂਰ ਜਿਵੇਂ ਤੁਸੀਂ ਰਾਈਟਰ ਕਿਹਾ, ਤਾਂ ਆਦਤ ਹੀ ਹੁੰਦੀ ਆ ਰਾਈਟਰਾਂ ਨੂੰ ਆਪਦੇ ਪਿੰਡ ਸ਼ਹਿਰ ਕਸਬਿਆਂ ਨੂੰ ਨਾਲ ਲੈ ਕੇ ਤੁਰਨਾ, ਤਾਂ ਉੱਦਾਂ ਲਹਿਰਾ ਗਾਗਾ ਪਰ ਕਿਉਂਕਿ ਜ਼ਿਲ੍ਹੇ ਨੂੰ ਨਾਲ ਲੈ ਕੇ ਤੁਰੀਦਾ। ਅਤੇ ਗੱਬਰ ਜੀ ਜਿਵੇਂ ਰਾਈਟਿੰਗ ਤੋਂ ਤੁਸੀਂ ਆਪਣੀ ਜ਼ਿੰਦਗੀ ਸਟਾਰਟ ਕੀਤੀ ਸੀ, ਅੱਜ ਤੁਸੀਂ ਵੱਡੇ ਵੱਡੇ ਕਲਾਕਾਰਾਂ ਨਾਲ ਕੰਮ ਕਰ ਚੁੱਕੇ ਹੋ, ਇਮਤਿਆਜ਼ ਅਲੀ ਨਾਲ ਵੀ ਤੁਹਾਡੀ ਮੁਲਾਕਾਤ, ਕਿਵੇਂ ਦੇਖਦੇ ਜ਼ਿੰਦਗੀ ਦੇ ਇਸ ਸੰਘਰਸ਼ ਨੂੰ ਆਪਣੇ? ਵੀਰੇ ਬਹੁਤ ਸੋਹਣਾ ਲੱਗਦਾ, ਕਿਉਂਕਿ ਜਦੋਂ ਪਲੱਸ ਟੂ ਪਾਸ ਹੋ ਗਏ ਸੀ ਹਨਾ, ਤਾਂ ਇੱਕ ਇਹ ਸੀਗਾ ਵੀ ਕਿੱਧਰ ਨੂੰ ਜਾਈਏ ਹੁਣ, ਅੱਗੇ ਕੀ ਕਰਨਾ, ਤਾਂ ਘਰਦਿਆਂ ਨੂੰ ਇਹ ਲਾਈਨਸ ਸਮਝ ਨਹੀਂ ਆਉਂਦੀਆਂ ਹੁੰਦੀਆਂ ਛੇਤੀ ਕਿਤੇ, ਅਤੇ ਫਿਰ ਜਦੋਂ ਘਰਦਿਆਂ ਨੂੰ ਪੁੱਛਿਆ ਵੀ ਵੀ ਮੈਂ ਇਸੇ ਲਾਈਨ 'ਚ ਜਾਣਾ ਹਨਾ, ਕਿਉਂਕਿ ਉਦੋਂ ਆਪਾਂ ਵੀ ਬੱਚੇ ਹੁੰਦੇ ਹਾਂ, ਇਹ ਫੈਸਲਾ ਕਰਨਾ ਸੌਖਾ ਨਹੀਂ ਹੁੰਦਾ, ਤਾਂ ਘਰਦੇ ਹਨਾ, ਮੇਰੇ ਯਾਦ ਆ ਉਹਨਾਂ ਦਾ ਇੱਕ ਸਿੰਪਲ ਜਿਹਾ ਉਹ ਸੀ ਵੀ ਪੁੱਤ ਆਪਣਾ ਤਾਂ ਇਸ ਲਾਈਨ 'ਚ ਕੋਈ ਨਹੀਂ ਗਾ, ਪਰ ਅੱਜ ਕੁਦਰਤ ਦੇ ਸ਼ੁਕਰਗੁਜ਼ਾਰ ਵੀ ਹਾਂ ਵੀ ਇਹ ਲਾਈਨ ਅੱਜ ਆਪਦੀ ਹੀ ਆਪਦੀ ਜਿਹੀ ਲੱਗਦੀ ਹੈ ਅਤੇ ਆਪਦੀ ਹੀ ਹੋ ਗਈ ਆ। ਅਤੇ ਹੁਣ ਜਿਵੇਂ ਗੱਬਰ ਜੀ ਸ਼ੁਰੂ ਦੇ ਵਿੱਚ ਆਪਾਂ ਜਦੋਂ ਜਰਨੀ ਸਟਾਰਟ ਕਰਦੇ ਹਾਂ ਨਾ, ਜਿਵੇਂ ਮੈਂ ਵੀ ਹੁਣ ਇੱਕ ਆਪਣੀ ਜ਼ਿੰਦਗੀ ਜਦੋਂ ਸਟਾਰਟ ਕਰਦਾ, ਆਪਾਂ ਸੋਚਦੇ ਹਾਂ ਵੀ ਆਪਾਂ ਉੱਥੇ ਪਹੁੰਚ ਚੁੱਕੇ ਹਾਂ ਜਾਂ ਅੱਛਾ ਲੱਗਦਾ ਵੀ ਆਪਾਂ ਇੱਕ ਮੁਕਾਮ ਹਾਸਿਲ ਕਰ ਲਿਆ, ਕਦੇ ਫੀਲ ਆਉਂਦੀ ਅੰਦਰੋਂ ਵੀ ਹਾਂ ਮੈਂ ਇਹ ਮੁਕਾਮ ਹਾਸਿਲ ਕਰ ਲਿਆ? ਪਰ ਬਸ ਕੀ ਕਹਿ ਲਈਏ ਵੀ ਜਿਵੇਂ ਆਪਾਂ ਕਹਿ ਲਈਏ ਆਪਾਂ ਆਮ ਪਰਿਵਾਰਾਂ 'ਚੋਂ ਉੱਠੇ ਹੁੰਦੇ ਹਾਂ, ਤਾਂ ਮਿਹਨਤ ਹੀ ਕਰਨੀ ਸਿਖਾਈ ਜਾਂਦੀ ਹੈ, ਕਿਉਂਕਿ ਆਪਾਂ ਆਪਣੇ ਬਜ਼ੁਰਗਾਂ ਨੂੰ ਮਾਂ ਪਿਓ ਨੂੰ ਹਨਾ ਕੰਮ 'ਚ ਰੁੱਝੇ ਰਹਿੰਦੇ ਦੇਖੀਦਾ, ਤਾਂ ਉੱਦਾਂ ਦਾ ਹੀ ਕੁਛ ਆਪਣੇ ਬਲੱਡ 'ਚ ਹੁੰਦਾ ਵੀ ਆਪਾਂ ਨੂੰ ਸਿਰਫ ਕੰਮ ਕਰੀ ਜਾਈਦਾ ਹਨਾ। ਹਾਂ ਖੁਸ਼ੀ ਹੁੰਦੀ ਆ ਜਦੋਂ ਕੁਛ ਛੋਟੀਆਂ ਛੋਟੀਆਂ ਅਚੀਵਮੈਂਟਸ ਹੁੰਦੀਆਂ ਨੇਗੀਆਂ,
ਤਾਂ ਕੁਦਰਤ ਨੇ ਸੁਭਾਅ 'ਚ ਇਹ ਦੇ ਰੱਖਿਆ ਵੀ ਬਹੁਤ ਜ਼ਿਆਦਾ ਖੁਸ਼ੀਆਂ ਤੋਂ ਖੁਸ਼ ਵੀ ਨਹੀਂ ਹੋਈਦਾ ਅਤੇ ਦੁੱਖਾਂ ਤੋਂ ਦੁਖੀ ਨਹੀਂ ਹੋਣ ਦੀ ਕੋਸ਼ਿਸ਼ ਕਰੀ ਦੀ ਇੰਨੀ ਕੁ। ਬਹੁਤ ਵੱਡੀ ਗੱਲ ਕੀਤੀ ਤੁਸੀਂ, ਖੁਸ਼ੀਆਂ ਤੋਂ ਖੁਸ਼ ਨਹੀਂ ਹੋਈਦਾ ਅਤੇ ਦੁੱਖਾਂ ਤੋਂ ਦੁੱਖ ਨਹੀਂ ਹੋਈਦਾ। ਅਤੇ ਗੱਬਰ ਜੀ, ਜਿਵੇਂ ਆਪਾਂ ਗੱਲ ਕੀਤੀ ਇਮਤਿਆਜ਼ ਅਲੀ ਨਾਲ ਤੁਹਾਡੀ ਮੁਲਾਕਾਤ ਹੋਈ ਚਮਕੀਲਾ ਮੂਵੀ ਦੇ ਪ੍ਰੋਡਿਊਸਿੰਗ ਦੌਰਾਨ, ਕਿਵੇਂ ਮੁਲਾਕਾਤ ਹੋਈ, ਕਿਵੇਂ ਤੁਸੀਂ ਉਹਨਾਂ ਨਾਲ ਕੰਮ ਕੀਤਾ, ਕਿੱਦਾਂ ਦਾ ਐਕਸਪੀਰੀਅੰਸ ਰਿਹਾ? ਇਹਦੇ ਮਗਰ ਨਾ ਇੱਕ ਵੈਸੇ ਛੋਟਾ ਜਿਹਾ, ਮੇਰਾ ਛੋਟਾ ਭਰਾ ਹੀ ਹੈ ਗੁਣਤਾਜ, ਅਸੀਂ ਬੰਬੇ ਇੱਦਾਂ ਹੀ ਜਾ ਰਹੇ ਸੀਗੇ। ਉਹ ਕਹਿੰਦਾ ਯਾਰ ਇਮਤਿਆਜ਼ ਅਲੀ ਸਰ ਨਾ ਪੰਜਾਬ 'ਚ ਇੱਕ ਸ਼ੂਟ ਕਰਨ ਆ ਰਹੇ ਨੇ, ਅਤੇ ਕਹਿੰਦਾ ਬਾਈ ਮੇਰਾ ਵੀ ਮੇਰੇ ਫੇਵਰੇਟ ਡਾਇਰੈਕਟਰ ਨੇ, ਅਤੇ ਕਾਫੀ, ਕਿਉਂਕਿ ਮੈਂ ਫਿਲਮ ਮੇਕਿੰਗ 'ਚ ਹਾਂ ਤਾਂ ਕਾਫੀ ਫਿਲਮ ਮੇਕਰਸ ਫਰੈਂਡ ਦੇ ਇਮਤਿਆਜ਼ ਅਲੀ ਜੀ ਇੱਕ ਰੋਲ ਮਾਡਲ ਕਹਿ ਲਈਏ ਹੁੰਦੇ ਨੇਗੇ। ਤਾਂ ਇੱਦਾਂ ਹੀ ਗੁਣਤਾਜ ਕਹਿੰਦਾ, ਮੈਂ ਕਿਹਾ ਗੁਣਤਾਜ ਵੀਰੇ ਵੀ ਮੈਂ ਪਤਾ ਕਰ ਲੈਂਦਾ, ਅਤੇ ਮੈਂ ਕਿਹਾ ਵੀ ਮੈਂ ਇੱਕ ਦੋ ਦੇ ਉੱਥੇ ਜਾਣਦੇ ਨੇ ਆਪਾਂ ਨੂੰ, ਵੀ ਮੈਂ ਕੋਸ਼ਿਸ਼ ਕਰ ਲੂੰਗਾ ਤੁਹਾਡਾ ਕੁਛ ਹੋ ਜੇ। ਥੋੜ੍ਹੇ ਟਾਈਮ ਬਾਅਦ ਇੱਕ ਵਿਵੇਕ ਅਗਰਵਾਲ ਜੀ ਮੇਰੇ ਵੱਡੇ ਭਰਾ ਹੈਗੇ ਨੇ, ਉਹਨਾਂ ਦਾ ਫੋਨ ਆਇਆ, ਉਹ ਕਹਿੰਦੇ ਵੀ ਇੱਦਾਂ ਕਰਕੇ ਵੀ ਇਮਤਿਆਜ਼ ਸਰ ਮਿਲਣਾ ਚਾਹੁੰਦੇ ਨੇ, ਉਹਨਾਂ ਨੇ ਸ਼ੂਟ ਕਰਨਾ ਪੰਜਾਬ 'ਚ। ਤਾਂ ਜਿੱਦਾਂ ਗੁਣਤਾਜ ਨੇ ਇੱਕ ਦੋ ਦਿਨ ਪਹਿਲਾਂ ਹੀ ਗੱਲ ਕੀਤੀ ਸੀਗੀ, ਤਾਂ ਮੈਂ ਉਹਨੂੰ ਕਿਹਾ, ਮੈਂ ਕਿਹਾ ਗੁਣਤਾਜ ਵੀਰੇ ਵੀ ਤੇਰੀ ਸੁਣ ਲਈ ਰੱਬ ਨੇ ਬਸ। ਅਤੇ ਇਹੀ ਆ ਵੀ ਸਰ ਵਾਕਈ ਬਹੁਤ ਪਿਆਰੇ ਇਨਸਾਨ ਨੇ, ਅਤੇ ਅਸੀਂ ਪੰਜਾਬ ਨੂੰ ਪਿਆਰ ਕਰਦੇ ਹਾਂ ਤਾਂ ਸਾਨੂੰ ਪੰਜਾਬ ਨੂੰ ਪਿਆਰ ਕਰਨ ਵਾਲੇ ਹੋਰ ਪਿਆਰੇ ਲੱਗਦੇ ਨੇ, ਅਤੇ ਸਰ ਦਾ ਵੀ ਟੂਵਰਡਸ ਪੰਜਾਬ ਕਹਿ ਲਈਏ ਬਹੁਤ ਜ਼ਿਆਦਾ ਪਿਆਰ ਆ। ਅਤੇ ਕਿਵੇਂ, ਮਤਲਬ ਚਮਕੀਲਾ ਮੂਵੀ ਜਿਵੇਂ ਆਪਾਂ ਦੇਖਿਆ ਬੜਾ ਅੱਛਾ ਉਹਨਾਂ ਦਾ, ਚਮਕੀਲਾ ਮੂਵੀ ਨੇ ਵੀ ਕੰਮ ਬੜਾ ਅੱਛਾ ਨਾਮ ਕੀਤਾ, ਦਲਜੀਤ ਬਾਈ ਖੁਦ ਉਹਨਾਂ ਨਾਲ ਮੁਲਾਕਾਤ ਹੋਈ ਕਦੇ ਦਲਜੀਤ ਦੋਸਾਂਝ? ਹਾਂਜੀ ਹਾਂ, ਦਲਜੀਤ ਭਾਜੀ ਦੀ ਉੜਤਾ ਪੰਜਾਬ ਵੀ ਐਜ਼ ਅ ਲਾਈਨ ਪ੍ਰੋਡਿਊਸਰ ਮੈਂ ਕੀਤੀ ਸੀ ਅਸੀਂ, ਤਾਂ ਦਲਜੀਤ ਭਾਜੀ ਵੀ ਬਹੁਤ ਡਾਊਨ ਟੂ ਅਰਥ, ਅਤੇ ਮੈਨੂੰ ਲੱਗਦਾ ਵੀ ਅੱਜ ਉਹ ਜਿਹੜੀ ਜਗ੍ਹਾ 'ਤੇ ਹੈਗੇ ਨੇ, ਜਿਹੜੀ ਵੀ ਅਚੀਵਮੈਂਟਸ ਹੈਗੀਆਂ ਨੇ, ਉਹ ਡਿਜ਼ਰਵ ਕਰਦੇ ਨੇ ਉਹ ਜਗ੍ਹਾ ਨੂੰ। ਬਾਈ ਇੱਕ ਨਾ ਬੜਾ, ਮੈਂ ਕਹਿੰਦਾ ਜਿਗਰਾ ਚਾਹੀਦਾ ਜਿੱਦਾਂ ਤੁਸੀਂ ਕੰਮ ਕਰਦੇ ਹੋ ਨਾ, ਜੇ ਆਪਾਂ ਗੈਂਗਲੈਂਡ ਬਦਲੈਂਡ ਦੀ ਗੱਲ ਕਰ ਲਈਏ, ਵਾਈਟ ਪੰਜਾਬ ਦੀ ਗੱਲ ਕਰ ਲਈਏ, ਬੜੇ ਪੰਜਾਬ ਦੇ ਜਿਹੜੇ ਤੁਸੀਂ ਇਸ਼ੂ ਆ ਨਾ, ਚਾਹੇ ਨਸ਼ਿਆਂ ਦਾ ਮੁੱਦਾ ਹੈ, ਚਾਹੇ ਗੈਂਗਸਟਰ ਦਾ, ਨਸ਼ਿਆਂ ਦਾ ਮੁੱਦੇ ਜੇ ਆਪਾਂ ਗੱਲ ਕਰ ਲਈਏ, ਹਰ ਇੱਕ ਸਰਕਾਰਾਂ ਵੀ ਕਹਿੰਦੀਆਂ ਵੀ ਨਸ਼ਾ ਖਤਮ ਹੋਣਾ ਚਾਹੀਦਾ, ਸਿਨੇਮਾ ਕਿਵੇਂ ਰੋਲ ਨਿਭਾ ਰਿਹਾ ਨਸ਼ੇ ਖਤਮ ਕਰਨ ਦੇ ਵਿੱਚ? ਇੱਦਾਂ ਦੇਖੋ, ਸਿਨੇਮੇ ਦਾ ਬਹੁਤ, ਸਿਨੇਮਾ ਹੋ ਗਿਆ ਚਾਹੇ ਗੀਤ ਹੋ ਗਏ, ਇਹਨਾਂ ਦਾ ਮੁਲਕ ਨੂੰ ਕਹਿ ਲਓ ਜਾਂ ਜ਼ਿੰਦਗੀ ਨੂੰ ਬਿਹਤਰ ਬਣਾਉਣ 'ਚ ਬਹੁਤ ਵੱਡਾ ਹੱਥ ਹੁੰਦਾ ਏ ਅਤੇ ਹੋ ਸਕਦਾ ਏ। ਕਈ ਵਾਰ ਥੋੜ੍ਹਾ ਜਿਹਾ ਅਫਸੋਸ ਵੀ ਹੁੰਦਾ ਜਦੋਂ ਆਪਦੇ ਸਮਕਾਲੀਨ ਗੀਤਕਾਰ ਭਰਾਵਾਂ ਨੂੰ ਸੁਣਦੇ ਹਾਂ ਵੀ ਉਹ ਜਾਣੇ ਅਣਜਾਣੇ 'ਚ, ਹੈ ਨਾ, ਬਚਪਨੇ 'ਚ ਹੀ ਕਹੂੰਗਾ ਮੈਂ ਵੀ ਨਸ਼ਿਆਂ ਨੂੰ ਪ੍ਰਮੋਟ ਕਰਦੇ ਰਹਿੰਦੇ ਨੇਗੇ। ਹਾਲਾਂਕਿ ਗੀਤ ਬਹੁਤ ਵੱਡੀ ਸੇਧ ਦੇ ਸਕਦੇ ਨੇ, ਗੀਤ ਸਾਡੇ ਦੁੱਖ ਘਟਾ ਸਕਦੇ ਨੇ, ਸਾਡੇ ਦਰਦ ਵੰਡਾ ਸਕਦੇ ਨੇਗੇ, ਤਾਂ ਫਿਲਮਾਂ ਗੀਤਾਂ ਦਾ ਵੱਡਾ ਰੂਪ ਹੁੰਦੀਆਂ ਨੇਗੀਆਂ, ਤਾਂ ਫਿਲਮਾਂ ਹੋਰ ਵੀ ਜ਼ਿਆਦਾ ਈਜ਼ੀਲੀ ਇਹ ਕੰਮ ਕਰ ਸਕਦੀਆਂ ਨੇ। ਥੋੜ੍ਹਾ ਜਿਹਾ ਅਜੇ ਸਾਡੇ ਦਰਸ਼ਕ ਵੀ, ਮੈਂ ਇਹ ਨਹੀਂ ਕਹੂੰਗਾ ਵੀ ਉਨੇ ਮੈਚਿਓਰ ਨਹੀਂ ਹੈਗੇ, ਪਰ ਕਿਤੇ ਨਾ ਕਿਤੇ ਦਰਸ਼ਕਾਂ ਨੇ ਵੀ ਸਿਨੇਮੇ ਨੂੰ ਥੋੜ੍ਹਾ ਜਿਹਾ ਲਾਈਟਲੀ ਇੱਦਾਂ ਲਿਆ ਹੋਇਆ, ਉਹਨਾਂ ਨੂੰ ਲੱਗਦਾ ਯਾਰ ਵੀ ਹੱਸਣ ਖੇਡਣ ਤੱਕ ਠੀਕ ਹੈ, ਵੀ ਅਸੀਂ ਆਪਦੀਆਂ ਟੈਨਸ਼ਨਾਂ ਘਟਾਉਣ ਜਾਂਦੇ ਹਾਂ। ਪਰ ਮੈਨੂੰ ਲੱਗਦਾ ਟੈਨਸ਼ਨਾਂ ਘਟਾਉਣ ਵਧਾਉਣ ਤੋਂ ਇਲਾਵਾ ਸਿਨੇਮਾ ਆਪਦਾ ਬਹੁਤ ਵੱਡਾ ਰੋਲ ਨਿਭਾ ਸਕਦਾ ਇੱਕ ਵਧੀਆ ਸਮਾਜ ਸਿਰਜਣ 'ਚ। ਅਤੇ ਗੱਬਰ ਜੀ, ਜਿਵੇਂ ਤੁਸੀਂ ਗੱਲ ਕੀਤੀ ਸਿਨੇਮਾ ਵਧੀਆ ਸਮਾਜ ਸਿਰਜਣ 'ਚ ਹੈਲਪ ਕਰ ਸਕਦਾ, ਪਰ ਹੁਣ ਆਪਾਂ ਦੇਖਦੇ ਹਾਂ ਆਪਾਂ ਸਿੰਗਿੰਗ ਦੀ ਵੀ ਗੱਲ ਕਰੀਏ ਚਾਹੇ ਸਿਨੇਮਾ ਇੰਡਸਟਰੀ ਦੀ ਗੱਲ ਕਰ ਲਈਏ, ਕਹਿੰਦੇ ਵੀ ਤਿੰਨ ਵਰਡ ਰੱਖ ਲਓ, ਚਾਹੇ ਚੰਡੀਗੜ੍ਹ ਪਾ ਦਿਓ, ਚਾਹੇ ਹਥਿਆਰ ਪਾ ਦਿਓ, ਚਾਹੇ ਨਸ਼ੇ ਪਾ ਦਿਓ, ਉਹਨਾਂ ਨਾਲ ਗਾਣਾ ਬਣ ਜਾਂਦਾ। ਤੁਹਾਡੇ ਜਿਹੜੇ ਗਾਣੇ ਉਹ ਤਾਂ ਬੜੇ ਯੂਨੀਕ ਹੁੰਦੇ ਆ, ਤੁਸੀਂ ਕੀ ਸੋਚਦੇ ਹੋ, ਕਿਵੇਂ ਤੁਸੀਂ ਜਿਵੇਂ ਆਪਾਂ ਵਾਈਟ ਪੰਜਾਬ ਦੀ ਗੱਲ ਕੀਤੀ ਜਾਂ ਆਪਾਂ ਗੈਂਗਲੈਂਡ ਹੀ ਮਤਲਬ ਇੱਕ ਸੈਪਰੇਟ ਜਿਹਾ ਟੋਪਿਕ ਸੀ ਉਹਦੇ ਵਿੱਚ, ਇੱਕ ਪੰਜਾਬ ਸਮਾਜ ਲਈ ਇੱਕ ਮੈਸੇਜ ਸੀ, ਉਹ ਕਿਵੇਂ ਫਿਰ ਸੋਚਿਆ ਇਸ ਬਾਰੇ? ਵੀਰੇ ਚਲੋ ਆਪਾਂ ਐਡੇ ਤਾਂ ਮਹਾਨ ਵੀ ਆਪਾਂ ਸਮਾਜ ਨੂੰ ਕੋਈ ਸੇਧ ਜਾਂ ਮੈਸੇਜ ਦੇ ਦਈਏ, ਸ਼ਾਇਦ ਆਪਾਂ ਵੀ ਐਡੇ ਕਾਬਿਲ ਹੈਗੇ ਹਾਂ ਜਾਂ ਨਹੀਂ ਹੈਗੇ, ਆਪਾਂ ਵੀ ਉਹ ਸਮਾਜ 'ਚ ਜਿਹੜੇ ਨੌਜਵਾਨ ਕਹਿ ਲਓ, ਬੱਚੇ ਕਹਿ ਲਓ, ਗਲਤੀਆਂ ਕਰਦੇ ਨੇ, ਸ਼ਾਇਦ ਅਸੀਂ ਵੀ ਉਹ ਸਾਰੀਆਂ 'ਚੋਂ ਹੀ ਨਿਕਲੇ ਹਾਂ। ਉਹ ਗਲਤੀਆਂ ਕਰਦੇ ਕਰਦੇ ਅਹਿਸਾਸ ਹੋਇਆ ਯਾਰ ਸਾਡੇ ਕੁਛ ਨਾਲ ਦੇ ਮਿੱਤਰ ਪਿਆਰੇ ਜਮੀ ਉਹਨਾਂ ਦਲਦਲਾਂ 'ਚ ਡੁੱਬ ਗਏ, ਵੀ ਅਸੀਂ ਕਹਿ ਲਓ ਸਾਡੇ ਮਾਪਿਆਂ ਦੀਆਂ ਦੁਆਵਾਂ ਸੀਗੀਆਂ ਵੀ ਅਸੀਂ ਸਹੀ ਲਾਈਨ 'ਤੇ ਸਹੀ ਕੰਮ ਕਰ ਰਹੇ ਹਾਂ, ਤਾਂ ਕਿਤੇ ਨਾ ਕਿਤੇ ਉਹ ਜਿਹੜੇ ਵੀਰ ਭਰਾ ਮਾੜਾ ਜਿਹਾ ਉਸ ਲਾਈਨ 'ਚ ਤਿਲਕ ਗਏ, ਹੈ ਨਾ, ਉਹ ਚਾਹੇ ਨਸ਼ੇ ਲਾ ਲਓ, ਚਾਹੇ ਉਹ ਗੈਂਗਸਟਰਵਾਦ ਲਾ ਲਓ, ਤਾਂ ਇਹ ਲੱਗਦਾ ਹੁੰਦਾ ਵੀ ਕਿਉਂਕਿ ਆਪਾਂ ਪੰਜਾਬ 'ਚ ਰਹਿੰਦੇ ਹਾਂ, ਹੈ ਨਾ, ਥੋੜ੍ਹਾ ਜਿਹਾ ਆਪਾਂ ਨੂੰ ਸ਼ੋਅ ਆਫ ਕਰਨ ਦੀ ਹੈਬਿਟ ਹੁੰਦੀ, ਆਦਤ ਹੁੰਦੀ ਆ, ਤਾਂ ਆਪਾਂ ਛੇਤੀ ਦਿਖਾਵਾ ਕਰਦੇ ਕਰਦੇ ਉੱਦਾਂ ਹੀ ਫਨ ਲਈ ਪਹਿਲਾਂ ਆਪਾਂ ਨਸ਼ੇ ਕਰ ਲੈਂਦਾ ਬੰਦਾ, ਫਿਰ ਉਹਨਾਂ ਦਲਦਲਾਂ 'ਚ ਡੁੱਬ ਜਾਂਦਾ, ਉਹਨੂੰ ਸਮਝ ਹੀ ਨਹੀਂ ਆਉਂਦੀ। ਅਤੇ ਨਸ਼ਾ ਜਾਂ ਗੈਂਗਸਟਰਵਾਦ ਸਿਰਫ ਇੱਕ ਜਣੇ ਦੀ ਮੌਤ ਨਹੀਂ ਹੁੰਦੀ, ਉਹ ਇੱਕ ਜਣੇ ਦਾ ਮਰਨਾ ਨਹੀਂ ਹੁੰਦਾ, ਉਹ ਸਾਰੇ ਟੱਬਰ ਦਾ, ਪਰਿਵਾਰਾਂ ਦੇ ਪਰਿਵਾਰ, ਪੀੜ੍ਹੀਆਂ ਦਾ ਖਤਮ ਹੋਣਾ ਹੁੰਦਾ। ਬਿਲਕੁਲ, ਜਦੋਂ ਮੈਂ ਕੱਲ੍ਹ ਵਾਈਟ ਪੰਜਾਬ ਵੀ ਦੇਖ ਰਿਹਾ ਸੀ ਤਾਂ ਮੈਨੂੰ ਇਹ ਬੜਾ ਅੱਛਾ ਮੈਸੇਜ ਲੱਗਿਆ, ਤੁਸੀਂ ਬੜਾ ਸੋਹਣਾ ਮੈਸੇਜ ਉਹਦੇ ਵਿੱਚ ਦਰਸਾਇਆ ਹੋਇਆ ਕਿਵੇਂ ਪਰਿਵਾਰ ਦੇ ਪਰਿਵਾਰ ਖਤਮ ਹੋ ਜਾਂਦੇ ਨੇ, ਅਤੇ ਕੋਈ 'ਚ ਨਾ ਬੜੀ ਐਂਡ 'ਤੇ ਲਾਈਨ ਲਿਖੀ ਹੋਈ ਸੀ, ਗੈਂਗਸ ਕੋਈ ਵੀ ਪੰਜਾਬ ਦੇ ਵਿੱਚ ਇਹੋ ਜਿਹਾ ਗੈਂਗਸਟਰ ਨਹੀਂ ਹੋਇਆ ਜਿਹਦਾ ਬੁਢਾਪਾ ਦੇਖਿਆ ਹੋਵੇ। ਹਾਂ, ਮਤਲਬ ਕੀ ਕਹਿਣਾ, ਇੱਕਾ ਦੁੱਕਾ ਕੋਈ, ਹੈ ਨਾ, ਇੱਕ ਦੋ ਐਗਜ਼ਾਮਪਲਸ ਹੋਣਾ, ਪਰ 99% ਅੱਜ ਤੱਕ ਪੰਜਾਬ ਦੇ ਗੈਂਗਸਟਰਾਂ ਨੇ ਬੁਢਾਪਾ ਨਹੀਂ ਦੇਖਿਆ। ਜਦੋਂ ਇਹ ਗੱਲ ਕਹੀਦੀ ਆ ਤਾਂ ਮਤਲਬ ਇਹ ਨਹੀਂ ਹੈਗਾ ਵੀ ਸਾਨੂੰ ਕੋਈ ਗੈਂਗਸਟਰਾਂ ਪ੍ਰਤੀ ਹਮਦਰਦੀ ਹੈ, ਸਾਨੂੰ ਹਮਦਰਦੀ ਪੰਜਾਬ ਪ੍ਰਤੀ ਆ।
ਸਾਡਾ ਯੂਥ ਆ, ਸਾਡੇ ਗੱਭਰੂ ਨੇ, ਸਾਡੇ ਨੌਜਵਾਨ ਨੇ, ਸਾਡੇ ਪੰਜਾਬੀ ਭਰਾ ਨੇ ਗੇ। ਗੱਬਰ ਬਾਈ ਬੜਾ ਜਿਗਰਾ ਚਾਹੀਦਾ ਜਦੋਂ ਆਪਾਂ ਗੈਂਗਸਟਰ ਬਾਰੇ ਗੱਲ ਕਰਦੇ ਹਾਂ ਨਾ, ਕਿਉਂਕਿ ਕਹਿੰਦੇ ਬੜਾ ਔਖਾ ਹੁੰਦਾ ਗੱਲ ਕਰਨੀ, ਅਤੇ ਤੁਸੀਂ ਲਗਾਤਾਰ ਇਸ ਮੁੱਦੇ 'ਤੇ ਗੱਲ ਕਰਦੇ ਹੋ, ਬੜਾ ਮੈਸੇਜ ਦਿੰਦੇ ਰਹੇ ਹੋ, ਬੜੀਆਂ ਮੂਵੀਆਂ ਬਣਾਈਆਂ, ਤਾਂ ਕਿਵੇਂ ਆਉਂਦਾ ਇੰਨਾ ਜਿਗਰਾ ਵੀ ਇਸ ਮੁੱਦੇ 'ਤੇ ਗੱਲ ਕਰਨ ਬਾਰੇ? ਦੇਖੋ ਹੁੰਦਾ ਥੋੜ੍ਹਾ ਜਿਹਾ ਔਖਾ ਵੀ, ਐਵੇਂ ਕਹਿ ਲਈਏ ਐਡੀ ਸੌਖੀ ਨਹੀਂ ਹੁੰਦੀ ਇਹ, ਹੈ ਨਾ ਵੀ ਜਿਵੇਂ ਉਹ ਕਹਿੰਦੇ ਨੇ ਕਾਗ ਕਾ ਦਰਿਆ ਹੈ ਔਰ ਤੈਰ ਕੇ ਜਾਣਾ ਹੈ। ਤੁਸੀਂ ਜਿੱਦਾਂ ਦੀ ਚੀਜ਼ ਲਿਖਣਾ ਚਾਹੁੰਦੇ ਹੋ, ਬਣਾਉਂਦੇ ਹੋ, ਸਾਰਾ ਦਿਨ ਤੁਹਾਨੂੰ ਉੱਦਾਂ ਦੀਆਂ ਚੀਜ਼ਾਂ ਸੋਚਣੀਆਂ ਪੈਂਦੀਆਂ ਨੇ। ਕਹਿੰਦੇ ਹੁੰਦੇ ਜੋ ਚੀਜ਼ਾਂ ਬਾਰੇ ਆਪਾਂ ਜਿਵੇਂ ਜੇ ਸੋਚਦੇ ਹਾਂ, ਉਹ ਜਿਹੀਆਂ ਚੀਜ਼ਾਂ ਨੂੰ ਤੁਸੀਂ ਜਾਣੇ ਅਣਜਾਣੇ 'ਚ ਅਟਰੈਕਟ ਵੀ ਕਰ ਰਹੇ ਹੁੰਦੇ ਹੋ, ਤਾਂ ਇਹ ਚੀਜ਼ਾਂ ਨੂੰ ਚਾਹੇ ਇਹਨਾਂ ਲਈ ਤੁਹਾਨੂੰ ਗੱਲਾਂ ਕਰਨੀਆਂ ਜਾਂ ਇਹਨਾਂ ਚੀਜ਼ਾਂ ਦੀ ਸਰਵੇ ਕਰਨ ਲਈ ਤੁਹਾਨੂੰ ਉਹੋ ਜਿਹੀਆਂ ਦਲਦਲਾਂ 'ਚ ਹੱਥ ਪੈਰ ਮਾਰਨੇ ਪੈਂਦੇ ਨੇ, ਜਿਹੜੇ ਕਈ ਵਾਰ ਸਿਖਾਵੇਂ ਨਹੀਂ ਹੁੰਦੇ। ਦੂਜੀ ਗੱਲ, ਇੱਕ ਰਿਸਪੋਂਸੀਬਿਲਟੀ ਹੁੰਦੀ ਆ ਵੀਰੇ, ਉਹ ਕਿਸੇ ਨਾ ਕਿਸੇ ਨੂੰ ਨਿਭਾਉਣੀ ਪੈਂਦੀ ਹੁੰਦੀ ਆ। ਅਤੇ ਚਲੋ ਆਪਾਂ ਆਪਦਾ ਕੰਮ ਕਰ ਰਹੇ ਹਾਂ, ਆਪਦਾ ਕਰਮ ਕਰ ਰਹੇ ਹਾਂ, ਅਤੇ ਉਹ ਕਰਮ 'ਚ ਨਾਲ ਜੇ ਆਪਦੇ ਭੈਣ ਭਰਾਵਾਂ ਨੂੰ ਚੰਗਾ ਮੈਸੇਜ ਦੇਣ ਦੀ ਕੋਸ਼ਿਸ਼ ਕਰ ਸਕਦੇ ਹਾਂ, ਤਾਂ ਇਹਦੇ ਲਈ ਫਿਰ ਕੁਦਰਤ ਦੇ ਇੱਕ ਬਹੁਤ ਸ਼ੁਕਰ ਗੁਜ਼ਾਰ ਹਾਂ। ਅਤੇ ਗੱਬਰ ਬਾਈ, ਮਤਲਬ ਕਦੇ ਐਂ ਤਾਂ ਨਹੀਂ ਹੋਇਆ ਵੀ ਜਦੋਂ ਯਾਰ ਦੋਸਤ ਕਹਿੰਦੇ ਯਾਰ ਕੀ ਕੰਮ ਕਰੀਏ ਨਾ ਤੂੰ, ਯਾਰ ਕਿੰਨਾ ਦੀ ਗੱਲ ਕਰ ਰਿਹਾ, ਤੈਨੂੰ ਕੁਛ ਹੋ ਜੂਗਾ, ਤੈਨੂੰ ਐਂ ਹੋ ਜੂਗੀ, ਕਦੇ ਇੱਦਾਂ ਦੇ ਫੀਲ ਹੁੰਦੀ ਹੈ? ਫਿਰ ਮਤਲਬ ਦੋਸਤ ਕਹਿੰਦੇ ਨੇ ਜਾਂ ਕਰਦੇ ਕਹਿੰਦੇ? ਨਹੀਂ ਨਹੀਂ, ਕਿਉਂਕਿ ਵੀਰੇ ਜੇ ਆਪਾਂ ਹੁਣ ਜਿੱਦਾਂ ਇੱਕ ਗੀਤ ਸੀਗਾ ਦ ਗੈਂਗਲੈਂਡ 'ਚ ਪਾਇਆ ਸੀ, ਉਹ ਗੈਂਗਸਟਰ ਤੇਰਾ ਪੁੱਤ ਮਾਏ ਪਿੰਡ ਮੁੜਨਾ ਚਾਹੁੰਦਾ ਆ, ਆਪਾਂ ਹਨਾ ਜਵਾਨੀ ਪੈ ਰਹੇ, ਉਹ ਨੌਜਵਾਨ ਗਲਤ ਰਾਹਾਂ 'ਤੇ ਤੁਰ ਜਾਂਦੇ ਨੇ, ਮੈਂ ਇਹ ਨਹੀਂ ਕਹਿੰਦਾ ਵੀ ਉਹ ਮਾਫੀਆਂ ਦੇ ਹੱਕਦਾਰ ਨੇ ਜਾਂ ਬਹੁਤ ਭੋਲੇ ਨੇ, ਉਹਨਾਂ ਨੇ ਕ੍ਰਾਈਮ ਕੀਤੇ ਨੇ, ਉਹਨਾਂ ਨੂੰ ਬਣਦੇ ਗੁਨਾਹਾਂ ਦੀ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਆ ਹਨਾ, ਉਹ ਚਾਹੇ ਜਿਵੇਂ ਵੀ ਪਬਲਿਕਲੀ ਜਾਂ ਜਿੱਦਾਂ ਵੀ ਕਾਨੂੰਨ ਨਾਲ ਮਿਲਦੀ ਆ, ਪਰ ਇਹ ਆ ਫਿਰ ਵੀ ਕਿਤੇ ਨਾ ਕਿਤੇ ਹਨਾ ਉਹ ਉਦੋਂ ਅਣਜਾਣਪਣੇ 'ਚ ਉਹ ਗਲਤੀਆਂ ਹੋ ਜਾਂਦੀਆਂ ਨੇ, ਜੇ ਅੱਜ ਉਹਨਾਂ ਨੂੰ ਆਪਾਂ ਬਿਠਾ ਕੇ ਟਟੋਲੀਏ ਤਾਂ ਉਹ ਸੱਚੀ ਪਿੰਡ ਮੁੜਨਾ ਚਾਹੁੰਦੇ ਨੇ, ਉਹ ਵਾਪਸ ਉਹਨਾਂ ਗਲਤ ਰਾਹਾਂ ਤੋਂ ਵਾਪਸ ਵੀ ਮੁੜਨਾ ਚਾਹੁੰਦੇ ਨੇ ਕਿ, ਪਰ ਉਹੀ ਲਾ ਲਓ ਪੈਸੇ ਨੇ ਆਪਾਂ ਸਾਰਿਆਂ ਨੂੰ ਇੱਕ ਦੌੜ ਜੀ ਦਿੱਤੀ ਹੋਈ ਆ ਵੀ ਪੈਸੇ ਦੇ ਮਗਰ ਭੱਜਦੇ ਰਹੋ, ਸਾਨੂੰ ਨਹੀਂ ਦੱਸਿਆ ਜਾਂਦਾ ਜ਼ਿੰਦਗੀ ਜਿਉਣ ਲਈ ਆਪਾਂ ਨੂੰ ਯਾਰ ਕਿੰਨੇ ਕੁ ਪੈਸੇ ਨਫ ਨੇ, ਵੈਸੇ ਤਾਂ ਆਪਣੇ ਮਾਂ ਪਿਓ ਨੇ ਆਪਣੇ ਬਾਪ ਦਾਦਿਆਂ ਨੇ ਇੰਨਾ ਕੁ ਕਮਾ ਰੱਖਿਆ ਵੀ ਆਪਾਂ ਸਾਰੀ ਉਮਰ ਦੋ ਤਿੰਨ ਪੀੜ੍ਹੀਆਂ ਰੋਟੀ ਖਾ ਸਕਦੇ ਹੁੰਦੇ ਹਾਂ, ਪਰ ਉਹ ਪੈਸੇ ਦੀ ਭੱਜ ਨੱਠ ਦੇ ਮਗਰ ਹੀ ਸਰਕਾਰਾਂ ਲੱਗੀਆਂ ਹੋਈਆਂ ਨੇ, ਮੰਤਰੀ ਬਣਦਾ ਬੰਦਾ ਬਣਦਾ ਇਮੋਸ਼ਨਲੀ ਆ, ਲੋਕਾਂ ਨੂੰ ਬਲੈਕਮੇਲ ਇਮੋਸ਼ਨਲੀ ਹੀ ਕਰਾਂਗੇ ਚੰਗੀਆਂ ਗੱਲਾਂ ਕਰ ਕਰਕੇ, ਪਰ ਬਣਨ ਤੋਂ ਬਾਅਦ ਉਹਨੂੰ ਲੱਗਦਾ ਯਾਰ 5 ਸਾਲ ਹੀ ਨੇ ਵੀ ਜੋ ਖਾ ਪੀ ਲੁੱਟ ਸਕਦੇ ਹਾਂ ਲੁੱਟ ਲਓ ਹਨਾ, ਤਾਂ ਕਰਕੇ ਵੀਰੇ ਹੁਣ ਸਰਕਾਰਾਂ ਤੋਂ ਮੰਤਰੀ ਮੰਡਲਾਂ ਤੋਂ ਤਾਂ ਇੱਕ ਕੀ ਕਹਾਂਗੇ ਆਸਾਂ ਜੀਆਂ ਮੁੱਕਦੀਆਂ ਹੀ ਜਾਂਦੀਆਂ ਨੇ, ਕਿਉਂਕਿ ਜੇ ਕੋਈ ਚੰਗਾ ਬੰਦਾ ਆਵੇ ਕਿਸੇ ਵੀ ਗੱਦੀ 'ਤੇ ਤਾਂ ਉਹ ਈਜ਼ੀਲੀ ਨਸ਼ੇ ਰੋਕ ਸਕਦਾ, ਕੋਈ ਬਹੁਤ ਵੱਡਾ ਔਖਾ ਕੰਮ ਨਹੀਂ ਹੁੰਦਾ ਕੁਛ ਵੀ, ਜਿਹੜਾ ਸਧਾਰਨ 'ਤੇ ਆ ਜਾਂਦਾ ਉਹ ਸੁਧਾਰ ਦਿੰਦਾ ਹੁੰਦਾ। ਉਹੀ ਗੱਲ ਹੁੰਦੀ ਨੇ, ਕਹਿੰਦੇ ਮਾਂ ਮੈਨੂੰ ਵਾਪਸ ਬੁਲਾ ਲਾ ਪੁੱਤ ਤੇਰਾ ਵਾਪਸ ਆਉਣਾ ਚਾਹੁੰਦਾ ਹੈ। ਗੱਬਰ ਜੀ, ਜਦੋਂ ਆਪਾਂ ਗੈਂਗਸਟਰ ਦੀ ਗੱਲ ਕਰਦੇ ਹਾਂ, ਪਹਿਲਾਂ ਤਾਂ ਇਹਨੂੰ ਲਿੰਕ ਕਰ ਲੈਂਦੇ ਮਤਲਬ ਯੂਨੀਵਰਸਿਟੀ ਇਲੈਕਸ਼ਨ ਆਉਣਾ, ਕਾਲਜ ਦੇ ਇਲੈਕਸ਼ਨ ਆਉਣਾ, ਵੀ ਕਦੇ ਕਦੇ ਕਾਲਜ ਦੇ ਵਿੱਚ ਲੀਡਰ ਇਹੋ ਜਿਹੇ ਬਣ ਜਾਂਦੇ ਆ ਜਾਂ ਉਹਨਾਂ ਦਾ ਕੋਈ ਰੂਟੀਨ ਇਹੋ ਜਿਹਾ ਹੋ ਜਾਂਦਾ, ਉਹਨਾਂ ਦਾ ਕੋਈ ਮਤਲਬ ਗਲਤ ਰਾਹ ਨੂੰ ਤੁਰ ਪੈਂਦੇ ਸੀ ਉਹ। ਤੁਸੀਂ ਵੀ ਯੂਨੀਵਰਸਿਟੀ ਦੀ ਪੋਲੀਟਿਕਸ ਬੜੇ ਨੇੜੋਂ ਦੇਖੀ ਹੈ, ਉਦੋਂ ਦਾ ਯੂਨੀਵਰਸਿਟੀ ਦਾ ਮਾਹੌਲ ਕੁਛ ਹੋਰ ਹੁੰਦਾ ਸੀ, ਪਰ ਅੱਜ ਯੂਨੀਵਰਸਿਟੀ ਦਾ ਮਾਹੌਲ ਕੁਛ ਹੋਰ ਹੋ ਚੁੱਕਿਆ। ਤੁਹਾਨੂੰ ਲੱਗਦਾ ਕਿ ਹੁਣ ਵੀ ਜਿਹੜੇ ਯੂਨੀਵਰਸਿਟੀ ਜਾਂ ਕਾਲਜਸ ਦੇ ਇਲੈਕਸ਼ਨ ਹੁੰਦੇ ਆ ਜਾਂ ਇਹਨਾਂ ਦਾ ਮਾਹੌਲ ਆ, ਉਹ ਕਿਤੇ ਨਾ ਕਿਤੇ ਇਹਨਾਂ ਨੂੰ ਉਤਪਤੀ ਕਰਦੇ? ਵੀਰੇ ਲੜਾਈਆਂ ਪਹਿਲਾਂ ਵੀ ਹੁੰਦੀਆਂ ਸੀ, ਪਹਿਲਾਂ ਕਿਤੇ ਡਾਂਗਾ ਸੁੱਟੇ ਵਾਲੀਆਂ, ਮੈਕਸੀਮਮ ਤਲਵਾਰਾਂ ਵਾਲੀਆਂ ਹੁੰਦੀਆਂ ਸੀ, ਕਿਸੇ ਦੇ ਹਨਾ ਸੱਟਾਂ ਮਾਰਤੀਆਂ, ਲੱਤਾਂ ਤੋੜਤੀਆਂ, ਉੱਥੇ ਤੱਕ ਠੀਕ ਸੀਗਾ। ਮੈਨੂੰ ਲੱਗਦਾ ਹੁੰਦਾ ਯਾਰ ਜ਼ਿੰਦਗੀ ਦੇਣ ਅਤੇ ਜ਼ਿੰਦਗੀ ਲੈਣ ਦਾ ਅਧਿਕਾਰ ਸਾਨੂੰ ਕੁਦਰਤ ਨੂੰ ਦੇ ਕੇ ਰੱਖਣਾ ਚਾਹੀਦਾ, ਇਹਦੇ 'ਚ ਮਨੁੱਖੀ ਘੁਸਪੈਠ ਨਹੀਂ ਹੋਣੀ ਚਾਹੀਦੀ, ਇਹ ਬਹੁਤ ਖਤਰਨਾਕ ਆ ਹਨਾ। ਹੁਣ ਕਿਤੇ ਨਾ ਕਿਤੇ ਹਨਾ 95, 96, 2005, 2007, 2010 ਤੋਂ ਬਾਅਦ ਕਹਿ ਲਈਏ ਆਪਾਂ ਅਸਲਾ ਬਹੁਤ ਵੱਧ ਗਿਆ, ਜਿਹੜੀ ਸੱਚੀ ਚਿੰਤਾ ਦਾ ਵਿਸ਼ਾ ਵੀ ਇਹ ਸਰਕਾਰਾਂ ਨੂੰ ਜਾਂ ਹਰ ਬੰਦੇ ਨੂੰ ਸੋਚਣਾ ਚਾਹੀਦਾ, ਕਿਉਂਕਿ ਲਿਆਉਣੇ ਸਰਕਾਰਾਂ ਨੂੰ ਆਪਾਂ ਬਹੁਤ ਇਜ਼ਲੀ ਸਿਰਫ ਬਲੇਮ ਕਰ ਦਿੰਦੇ ਹਾਂ, ਪਰ ਉਹ 'ਚ ਰਿਸਪੋਂਸੀਬਲ ਕਿਤੇ ਨਾ ਕਿਤੇ ਸਾਡੀ ਸੁਸਾਇਟੀ ਆਪਾਂ ਸਾਰੇ ਵੀ ਹੁੰਦੇ ਹਾਂ। ਹੁਣ ਅਸਲਾ ਬਹੁਤ ਵੱਧ ਗਿਆ, ਹੁਣ ਬੰਦਾ ਮਾਰਨਾ ਬਹੁਤ ਸਿੰਪਲ ਜੀ ਗੱਲ ਹੋ ਗਈ, ਆਪਾਂ ਇਸ ਟਾਈਮ ਇੱਥੇ ਗੱਲ ਕਰ ਰਹੇ ਹਾਂ, ਇਸ ਟਾਈਮ ਵੀ ਸ਼ਾਇਦ ਕੈਨੇਡਾ, ਅਮਰੀਕਾ ਕਿਤੇ ਨਾ ਕਿਤੇ ਕੋਈ ਗੈਂਗਸਟਰ ਦੇ ਹੱਥੋਂ ਜਾਂ ਕਿਸੇ ਨਾ ਕਿਸੇ ਕ੍ਰਾਈਮ ਦੇ ਹੱਥੋਂ ਕੋਈ ਨਾ ਕੋਈ ਮਰ ਰਿਹਾ ਹੈ ਪੰਜਾਬ 'ਚ ਹਨਾ। ਪਹਿਲਾਂ ਬਹੁਤ ਪਿਆਰ ਸੀਗਾ, ਹੁਣ ਦਿਨ ਪ੍ਰਤੀ ਦਿਨ ਹੀ ਆਪਾਂ ਕਹਿ ਦਈਏ ਵੀ ਨਫ਼ਰਤਾਂ ਦੇ ਬੀਜ ਹੀ ਬੋਏ ਜਾ ਰਹੇ ਨੇ ਸਾਰੇ ਪਾਸੇ, ਤਾਂ ਆਪਾਂ ਸਾਰੇ ਆਪਾਂ ਯੂਥ ਹਾਂ ਨਾ, ਤੁਸੀਂ ਯੰਗ ਹੋ, ਤੁਸੀਂ ਆਉਣ ਵਾਲਾ ਸਮਾਜ ਹੋ, ਤਾਂ ਆਪਾਂ ਸਾਰੇ ਸੁਧਾਰ ਕਰ ਸਕਦੇ ਹਾਂ, ਕੋਈ ਬਹੁਤ ਨਾਮੁਮਕਿਨ ਚੀਜ਼ਾਂ ਨਹੀਂ ਹੈਗੀਆਂ ਹਾਲੇ ਵੀ। ਜੇ ਅੱਜ ਵੀ ਆਪਾਂ ਸੋਚ ਲਈਏ, ਰੁੱਖ ਲਾਈਏ, ਚੰਗੇ ਪਾਸੇ ਨੂੰ ਸੋਚੀਏ, ਸਾਰਾ ਕੁਛ ਵਧੀਆ ਹੋ ਸਕਦਾ। ਪੰਜਾਬੀ ਇੰਡਸਟਰੀ ਦੀ ਗੱਲ ਕਰ ਲਈਏ ਗੱਬਰ ਜੀ, ਸਿੱਧੂ ਮੂਸੇਵਾਲੇ ਦੀ ਗੱਲ ਕਰ ਲਈਏ, ਉਹ ਵੀ ਕਿਤੇ ਨਾ ਕਿਤੇ ਗੈਂਗਸਟਰ ਦੇ ਸ਼ਿਕਾਰ ਹੋਏ, ਅਤੇ ਤੁਹਾਡੇ ਬੜੇ ਕਰੀਬੀ ਦੋਸਤ ਵਿੱਕੀ ਮਿੰਟੂ ਖੇੜਾ ਜੋ ਕਿ ਯੂਨੀਵਰਸਿਟੀ ਇਲੈਕਸ਼ਨ ਦੇ ਤੁਹਾਡੇ ਬੜੇ ਕਰੀਬੀ ਦੋਸਤ ਸੀਗੇ, ਉਹ ਵੀ ਕਿਤੇ ਨਾ ਕਿਤੇ ਇਹਨਾਂ ਹਾਦਸਿਆਂ ਦਾ ਸ਼ਿਕਾਰ ਹੋਏ, ਤਾਂ ਜਦੋਂ ਆਪਣਾ ਕੋਈ ਜਾਂਦਾ ਨਾ ਤਾਂ ਉਦੋਂ ਮੈਨੂੰ ਲੱਗਦਾ ਜ਼ਿਆਦਾ ਦਿਲ 'ਤੇ ਵੱਜਦੀ ਗੱਲ ਵੀ ਇਹ ਕਿਉਂ ਹੋ ਰਿਹਾ, ਤਾਂ ਕੀ ਜਦੋਂ ਵਿੱਕੀ ਵਾਲੀ ਘਟਨਾ ਹੋਈ ਜਾਂ ਸਿੱਧੂ ਮੂਸੇ ਵਾਲੀ ਘਟਨਾ ਹੋਈ, ਉਦੋਂ ਕੀ ਸੋਚਿਆ, ਉਦੋਂ ਕੀ ਲੱਗਿਆ ਵੀ ਤੁਹਾਨੂੰ
ਤਾਂ ਕਿਤੇ ਨਾ ਕਿਤੇ ਸਾਡੇ ਉਹੀ ਗੱਲ ਜਿਵੇਂ ਮੈਂ ਪਹਿਲਾਂ ਕਹਿ ਕੇ ਹਟਿਆ ਵੀ ਆਪਣੇ ਨਾਲ ਦੇ ਭਰਾਵਾਂ ਨੂੰ ਹਨਾ ਇੰਨਾ ਗਲਤ ਚੀਜ਼ਾਂ ਨੇ ਗਲਤ ਰਾਹਾਂ ਨੇ ਬਿਨਾਂ ਗੱਲ ਤੋਂ ਖੋਲਿਆ ਤੇ ਅਸੀਂ ਵਾਈਟ ਪੰਜਾਬ ਇਹੀ ਸੋਚ ਕੇ ਇੱਦਾਂ ਹੀ ਹਨਾ ਤਾਂ ਕਰਕੇ ਉਹ 'ਚ ਤੁਸੀਂ ਦੇਖੋਗੇ ਵੀ ਕੋਸ਼ਿਸ਼ ਇਹ ਕੀਤੀ ਹੈ ਹਮੇਸ਼ਾ ਇੱਕ ਚੀਜ਼ ਹੁੰਦੀ ਸੀ ਯਾਰ ਫਿਲਮ ਦੇਖਣ ਤੋਂ ਬਾਅਦ ਕਿਸੇ ਦੇ ਕੋਈ ਗੱਲ ਯਾਦ ਰਹਿ ਜੇ ਡਾਇਲੋਗ ਯਾਦ ਰਹਿ ਜੇ ਉਹ ਸਾਡਾ ਮੈਸੇਜ ਲੈ ਕੇ ਜਾਏ ਵੀ ਉਹਦੇ ਦਿਮਾਗ 'ਚ ਐਕਸ਼ਨ ਨਾ ਰਹੇ ਵੀ ਕਿਵੇਂ ਕਿਹਨੇ ਕਿਹਨੂੰ ਮਾਰਿਆ ਕਿਉਂਕਿ ਐਕਸ਼ਨ ਫਿਲਮਾਂ ਹੋਰ ਬਹੁਤ ਆਉਂਦੀਆਂ ਨੇ ਤਾਂ ਕਰਕੇ ਕਈ ਵਾਰ ਹੋ ਸਕਦਾ ਉਹ ਥੋੜ੍ਹੀ ਜਿਹੀ ਲੀਕ ਤੋਂ ਹਟ ਕੇ ਵੀ ਹੋ ਸਕਦੀ ਹੈ ਵੀ ਹੋ ਸਕਦਾ ਜਿਹੜੇ ਵਿਕ ਮਸਾਲਾ ਫਿਲਮ ਨਾ ਬਣਾ ਕੇ ਉਹਨੂੰ ਜੈਨੂਅਨ ਜੋ ਐਕਚੁਅਲ ਸਾਨੂੰ ਪੰਜਾਬ ਦਿਖਦਾ ਜਾਂ ਜਿੱਦਾਂ ਦੇ ਹਾਲਾਤ ਦਿਖਦੇ ਨੇ ਉੱਦਾਂ ਦੀ ਹੀ ਬਣਾਉਣ ਦੀ ਕੋਸ਼ਿਸ਼ ਕੀਤੀ ਆ ਜਾਂ ਪੰਜਾਬ ਯੂਨੀਵਰਸਿਟੀ ਦੀ ਗੱਲ ਕਰਦੇ ਤੁਸੀਂ ਤਾਂ ਬੜੇ ਕਰੀਬੀ ਰਹੇ ਹੋ ਮਤਲਬ ਤੁਹਾਡੇ ਤੋਂ ਪਾਰਟੀ 'ਚ ਹੁੰਦੇ ਸੀਗੇ ਦੋਸਤਾਂ ਖਿੱਚ ਕੇ ਲੈਂਦੇ ਹੁੰਦੇ ਸੀਗੇ ਇਹ ਬੜੀ ਉਹ ਗੱਲ ਆ ਵੀ ਨੋ ਡਾਊਟ ਜਿੱਦਾਂ ਸੋਪੂ 2012 ਖੜੀ ਕੁੜੀਆਂ 'ਚ ਨਾਰੇ ਤੇਰੇ ਲਾਉਣੀਆਂ ਵੋਟਾਂ ਵਿੱਚ ਤੂੰ ਖੜਿਆ ਬਹੁਤ ਯੂਨੀਵਰਸਿਟੀ ਬਹੁਤ ਸੁਣਿਆ ਗਿਆ ਮੈਨੂੰ ਲੱਗਦਾ ਅੱਜ ਤੱਕ ਯੂਨੀਵਰਸਿਟੀ ਦੇ ਇਲੈਕਸ਼ਨਾਂ 'ਚ ਸੁਣਿਆ ਜਾਣ ਵਾਲਾ ਸਭ ਤੋਂ ਵੱਧ ਵੱਡਾ ਗਾਣਾ ਕਹਿ ਸਕਦੇ ਹਾਂ ਉਹਨੂੰ ਤੇ ਉਸ ਤੋਂ ਇਲਾਵਾ ਸਾਰੀਆਂ ਮਿੱਤਰ ਸੀਗੇ ਮਤਲਬ ਹਾਂ ਉਦੋਂ ਚਲੋ ਬਚਪਨਾ ਹੁੰਦਾ ਵੀ ਕਿ ਕਲੀਅਰ ਸੀ ਵੀ ਯਾਰ ਪੂਸੂ ਆਪਣੀ ਨਹੀਂ ਹੈਗੀ ਬਾਕੀ ਹਨਾ ਸਾਰੀਆਂ ਪਾਰਟੀਆਂ 'ਚ ਮਿੱਤਰ ਪਿਆਰੇ ਉਹੀ ਸੋਪੂ ਵਾਲਾ ਸਰਕਲ ਸੀਗਾ ਉਹ ਟੁੱਟ ਕੇ ਅੱਡ ਅੱਡ ਪਾਰਟੀਆਂ 'ਚ ਜਾਂਦਾ ਰਿਹਾ ਸੋਈ 'ਚ ਗਏ NSUI 'ਚ ਆਏ ਕੁਛ ਕੁ ਹਨਾ ਕੁਛ ਕੁ ਹੁਣ ਅੱਗੇ ਹੈਗੇ ਨੇਗੇ ਵੀ ਉਦੋਂ ਐਂ ਕਲੀਅਰ ਹੁੰਦਾ ਸੀ ਯਾਰ ਪੂਸੂ ਆਪਣੀ ਪਾਰਟੀ ਨਹੀਂ ਹੈਗੀ ਇਹ ਐਂਟੀ ਪਾਰਟੀ ਆ ਚਲੋ ਬਚਪਨਾ ਹੁੰਦਾ ਪਰ ਉਦਾਂ ਆਪਾਂ ਮੈਂ ਪਰਸਨਲੀ ਕਿਸੇ ਪਾਰਟੀ 'ਚ ਨਹੀਂ ਰਿਹਾ ਹਾਂ ਪੋਸਟਰ ਲਾਏ ਨੇ ਸਾਰਾ ਕੁਛ ਫਨ ਕੀਤਾ ਇੰਜੋਏ ਕੀਤਾ ਕਿਉਂਕਿ ਉਹ ਰੋਬਿਨ ਵੀਰਾ ਹੋ ਗਿਆ ਬਾਠ ਭੁਪਿੰਦਰ ਬਾਈ ਹੋ ਗਿਆ ਇਹ ਸਾਰੇ ਮਿੱਤਰ ਸਰਕਲ ਸੀਗਾ ਸਾਰਾ ਕੁਛ ਸੀਗਾ ਪਰ ਇੱਕ ਇੰਟਰਸਟਿੰਗ ਗੱਲ ਇਹ ਵੀ ਆ ਵਾਈਟ ਪੰਜਾਬ 'ਚ ਸਭ ਤੋਂ ਵੱਧ ਸਹਿਜਪਾਲ ਸਿੱਧੂ ਆ ਵੀਰਾ ਹਨਾ ਹੋਰ ਵੀ ਵਾਈਟ ਪੰਜਾਬ ਵੇਲੇ ਮੇਰੇ ਪੂਸੂ ਵਾਲਾ ਸਰਕਲ ਬਹੁਤ ਕੰਮ ਆਇਆ ਤਾਂ ਉਹ ਨਾਲ ਮੋਢੇ ਦੇ ਮੋਢਾ ਲਾ ਕੇ ਖੜੇ ਸੀ ਮੇਰੇ ਪੂਸੂ ਵਾਲੇ ਭਰਾਵਾਂ ਨੇ ਉਦੋਂ ਬਹੁਤ ਸਪੋਰਟ ਕੀਤੀ ਤੇ ਮੈਨੂੰ ਗਾਣੇ ਤੋਂ ਯਾਦ ਵੀ ਆ ਉਦੋਂ ਜਦੋਂ ਗਾਣਾ ਹਿੱਟ ਹੋ ਗਿਆ ਸੀਗਾ ਤਾਂ ਪੂਸੂ ਵਾਲੇ ਵੀਰਾਂ ਦੇ ਮੈਸੇਜ ਆਉਣੇ ਇਨਬੋਕਸ ਕਹਿੰਦੇ ਯਾਰ ਬਾਈ ਤੂੰ ਆਹ ਗਲਤ ਕਰ ਗਿਆ ਸਾਡੇ ਨਾਲ ਵੀ ਗਾਣਾ ਇੰਨਾ ਕੁ ਸੋਹਣਾ ਅਸੀਂ ਯੂਨੀਵਰਸਿਟੀ ਐਂਟਰ ਕਰਨ ਤੋਂ ਪਹਿਲਾਂ ਤੇ ਯੂਨੀਵਰਸਿਟੀ ਤੋਂ ਨਿਕਲਣ ਤੋਂ ਬਾਅਦ ਵੀ ਸਾਨੂੰ ਸੋਪੂ ਵਾਲਾ ਗਾਣਾ ਸੁਣਨਾ ਪੈਂਦਾ ਵੀ ਇਸ ਲਈ ਸੱਚੀ ਤੂੰ ਬਹੁਤ ਗਲਤ ਕਰ ਗਿਆ ਸਾਡੇ ਨਾਲ ਉਹਦੇ ਵਿੱਚ ਨਾ ਗੱਬਰ ਬੜੀਆਂ ਕਹਾਣੀਆਂ ਵੀ ਆ ਗਾਣੇ ਦੇ ਵਿੱਚ ਜਿਵੇਂ ਸਟਾਰਟਿੰਗ ਲਾਈਨ ਵੀ ਬੋਲੀ ਸੀ ਸੈਂਟਰ ਤੇ ਖੜੇ ਗੱਬਰ ਲਹਿਰੇ ਵਾਲੇ ਨੇ ਮੇਰਾ ਹੱਥ ਫੜਿਆ ਕਿ ਸੱਚੀ ਕਹਾਣੀ ਸੀ ਜਾਂ ਤੁਸੀਂ ਸੱਚੀ ਕਿਸੇ ਦਾ ਹੱਥ ਫੜਿਆ ਸੀ ਉਸ ਟਾਈਮ ਚਲੋ ਬਾਈ ਹੁਣ ਤਾਂ ਵਿਆਹੇ ਗਏ ਹਨਾ ਇੱਕ ਛੋਟਾ ਗੱਬਰ ਵੀ ਲਾਂਚ ਕਰਤਾ ਸੀਗਾ ਤਾਂ ਕਰਕੇ ਠੀਕ ਆ ਕੀ ਕਹਿੰਦੇ ਨੇ ਹੁਣ ਤਾਂ ਕੁਦਰਤ ਨਹੀਂ ਬਾਂਹ ਫੜ ਲਈ ਜਿੰਨਾਂ ਨੇ ਕੋਈ ਕਹਾਣੀ ਹੈ ਨਾ MSc ਬੋਟਨੀ ਤੇ ਲਾਅ ਵਾਲੀ ਕਹਾਣੀ ਹਾਂ ਨਾ ਮੈਂ ਲਾਅ ਚ ਪੜਿਆ ਵੀਰੇ ਹਨਾ ਮੇਰੇ ਮਿੱਤਰ ਸਾਰੇ ਜਿੱਦਾਂ ਮੈਂ ਬਾਠ ਵੀਰੇ ਦਾ ਨਾਂ ਲਏ ਆ ਸਰਕਲ ਮੇਰਾ ਲਾਅ ਵਾਲਾ ਕਾਫੀ ਸੀਗਾ ਤੇ ਬੋਟਨੀ ਚ ਉਦਾਂ ਕਾਫੀ ਫਰੈਂਡਸ ਹੈਗੇ ਸੀਗੇ ਪਰ ਇਦਾਂ ਦਾ ਦੋਸਤ ਦੀ ਕਹਾਣੀ ਤੁਸੀਂ ਜ਼ਰੂਰ ਲਿਖੀ ਉਹਦੇ ਵਿੱਚ ਹਨਾ ਇੱਕ ਗਾਣਾ ਕੀ ਹੁੰਦਾ ਗਾਣਾ ਤੁਹਾਡਾ ਨਹੀਂ ਹੁੰਦਾ ਉਹ ਮੈਨੂੰ ਲੱਗਦਾ ਹੁੰਦਾ ਵੀ ਸਭ ਦਾ ਹੁੰਦਾ ਹਨਾ ਭੈਣ ਭਰਾਵਾਂ ਦਾ ਹੁੰਦਾ ਸਭ ਦਾ ਹੁੰਦਾ ਆਪਣਾ ਸਭ ਦਾ ਕੋਈ ਵੀ ਗਾਣਾ ਹੁੰਦਾ ਤਾਂ ਫਿਰ ਉਹ ਉਦਾਂ ਹੀ ਲਿਖਿਆ ਸੀਗਾ ਆਪਾਂ ਆਪਦੇ ਉਹ ਮੇਰਾ ਨਾਮ ਹੈ ਮਤਲਬ ਲਾਈਨ ਬਹੁਤ ਕਰੀਬ ਹੋਵੇ ਜਿਵੇਂ ਤੁਸੀਂ ਮਤਲਬ ਕਹਿੰਦੇ ਆ ਨਾ ਬੰਦਾ ਇਕੱਲੇ ਦੇ ਵਿੱਚ ਇੱਕ ਲਾਈਨ ਬਹੁਤ ਦੁਹਰਾਉਂਦਾ ਕਿ ਕੋਈ ਇਹੋ ਜਿਹੀ ਲਾਈਨ ਹੋਵੇ ਗਾਣੇ ਨਹੀਂ ਵੈਸੇ ਕਾਫੀ ਉਸ ਗਾਣੇ 'ਚੋਂ ਜਿਹੜੀ ਲਾਈਨ ਹੈਗੀ ਆ ਵੀ ਮੇਰੇ ਕੋਲ ਪਏ ਨੇ 50,000 ਵੇ ਹੋਰ ਵੀ ਮੰਗਾ ਲੂ ਵੱਡੀ ਭੈਣ ਮੇਰੀ ਵਾਰ ਬੇ ਉਹ ਲਾਈਨ ਕਾਫੀ ਲੋਕ ਰਿਲੇਟ ਕਰਦੇ ਨੇ ਉਹਦੇ ਕਾਫੀ ਜਦੋਂ ਵੀ ਕੋਈ ਗੱਲਬਾਤ ਅਗਲਾ ਕਹਿੰਦਾ ਯਾਰ ਵੀ ਉਹ ਲਾਈਨ ਬਹੁਤ ਸੋਹਣੀ ਲੱਗਦੀ ਆ ਇਹ ਤੋਂ ਇਲਾਵਾ ਇੱਕ ਗਾਣਾ ਸੀ ਜਿਹੜਾ ਜਸ ਮਾਣਕ ਤੇ ਗੁਰੀ ਨੇ ਗਾਇਆ ਸੀ ਦ ਗੈਂਗਲੈਂਡ ਇਨ ਮਦਰਲੈਂਡ 'ਚ ਉਹ 2019 'ਚ ਆਇਆ ਸੀਗਾ ਗਾਣਾ ਸਟਾਰਟਿੰਗ 'ਚ ਕਿਹੜੇ ਮੋੜ ਉੱਤੇ ਕਿਹਦੀ ਲਾਸ਼ ਲੱਭਣ ਹੀ ਰਿਹਾ ਨਾ ਪੰਜਾਬ ਗੈਂਗਲੈਂਡ ਹੋ ਗਿਆ ਤਾਂ ਉਦੋਂ ਬਾਅਦ 'ਚ ਆਪਾਂ ਵੇਖੀਏ 19 ਤੋਂ ਬਾਅਦ ਬੈਕ ਟੂ ਬੈਕ ਘਟਨਾਵਾਂ ਬੁਰੀਆਂ ਘਟਨਾਵਾਂ ਹੀ ਕਹਾਂਗੇ ਹੋਈਆਂ ਨੇ ਪੰਜਾਬ 'ਚ ਤਾਂ ਮੈਨੂੰ ਉਹ ਗਾਣਾ ਵੀ ਆਪਦਾ ਵਧੀਆ ਉਹ ਲੱਗਦਾ ਕਰੀਬੀ ਜਿਹਾ ਲੱਗਦਾ ਜੀ ਤੇ ਕੱਲ ਇੱਕ ਤੁਹਾਡਾ ਗਾਣਾ ਸੁਣਿਆ ਸੀ ਮੈਂ ਯਾਰੀ ਟੁੱਟ ਗਈ ਵਾਲਾ ਮਤਲਬ ਕਮਲ ਖਾਨ ਜੀ ਦੇ ਮੈਂ ਦੇਖਿਆ ਕਿ ਅੰਨੇ ਸਿੰਗਰ ਜਿਹੜੇ ਹੈਪੀ ਰਾਏ ਕੋਟੀ ਦੀ ਗੱਲ ਕਰ ਲਾ ਮੈਂ ਉਹ ਹਮੇਸ਼ਾ ਆਪਣਾ ਗਾਣਾ ਲਿਖਦੇ ਸੀ ਪਰ ਮੈਂ ਦੇਖਿਆ ਉਹਨਾਂ ਨੇ ਵੀ ਤੁਹਾਡਾ ਸੀਰੀਜ਼ ਦੇ ਵਿੱਚ ਗਾਣਾ ਗਾਇਆ ਤੇ ਆਪਣਾ ਕਮਲ ਖਾਨ ਜੀ ਹੋ ਗਏ ਗੁਰੂ ਜੀ ਹੋ ਗਏ ਮਤਲਬ ਇਹੋ ਜਿਹਾ ਕੀ ਪੁਰਾਣੇ ਹੋ ਗਾਣਿਆਂ ਦੇ ਵਿੱਚ ਕਿ ਸਿੰਗਰ ਮਨਾ ਨਹੀਂ ਕਰ ਪਾਉਂਦੇ ਉਹ ਤੁਹਾਡਾ ਗਾਣਾ ਗਾਉਂਦੇ ਨੇ ਹੈਪੀ ਰਾਏ ਕੋਟੀ ਬਾਈ ਦੇ ਇਸ ਗੱਲੋਂ ਤਹਿ ਦਿਲੋਂ ਸ਼ੁਕਰ ਗੁਜ਼ਾਰ ਵੀ ਹਾਂ ਹਨਾ ਬਾਈ ਏਡੇ ਮੁਕਾਮ ਤੇ ਨੇ ਜਿੱਥੇ ਦਿਲਜੀਤ ਬਾਈ ਹੋਰੀ ਲਾ ਲਓ ਵੱਡੇ ਵੱਡੇ ਸਿੰਗਰ ਬਾਈ ਜੀ ਦੇ ਗਾਣੇ ਗਾਉਂਦੇ ਨੇ ਤਾਂ ਮੈਂ ਭਾਜੀ ਨੂੰ ਉਹ ਗਾਣਾ ਰੈਫਰੈਂਸ ਲਈ ਸੁਣਾਇਆ ਸੀ ਵੀ ਭਾਜੀ ਆਹ ਗਾਣਾ ਹੈਗਾ ਵੀ ਕੋਈ ਇਹਦੇ ਨਾਲ ਦਾ ਗਾਣਾ ਚਾਹੀਦਾ ਤਾਂ ਲੱਕੀਲੀ ਅਸੀਂ ਜਦੋਂ ਉਹ ਗਾਣਾ ਸੁਣ ਰਹੇ ਸੀ ਤਾਂ ਭਾਜੀ ਤੇ ਮੇਰੇ ਦੋਨਾਂ ਦੇ ਸਾਡੇ ਲੂ ਕੰਡੇ ਜੇ ਖੜੇ ਹੋ ਗਏ ਸੀ ਜਦੋਂ ਅਸੀਂ ਫਸਟ ਟਾਈਮ ਸੁਣਿਆ ਸੀਗਾ ਤਾਂ ਬਾਈ ਕਹਿੰਦਾ ਵੀ ਵੀਰੇ ਆਪਾਂ ਆਹੀ ਗਾਣਾ ਕਰਾਂਗੇ ਤਾਂ ਇਹ ਬਾਈ ਦੀ ਮੈਂ ਕਹਿੰਦਾ ਹੁਣ ਵੀ ਦਰਿਆ ਦੀ ਲਈ ਆ ਵੀ ਨਹੀਂ ਤਾਂ ਇਸ ਲਾਈਨ 'ਚ ਲਾ ਲਓ ਜਾਂ ਦੁਨੀਆ 'ਚ ਕਿਤੇ ਵੀ ਹਰ ਕੋਈ ਦੂਜੇ ਨੂੰ ਕੱਟ ਕੇ ਅੱਗੇ ਵਧਣ ਦੀ ਕੋਸ਼ਿਸ਼ ਕਰਦਾ ਪਰ ਬਾਈ ਹੋਰਾਂ ਦੇ ਇਸ ਗੱਲੋਂ ਸ਼ੁਕਰ ਗੁਜ਼ਾਰ ਵੀ ਰਹਾਂਗੇ ਤੇ ਅੱਜ ਕੱਲ੍ਹ ਲੱਗਦਾ ਸੈਂਟਰ ਤੇ ਦੁਆਰਾ ਗੇੜਾ ਫਿਰ ਹਾਂ ਸੈਂਟਰ ਤੇ ਵੀਰੇ ਗੇੜਾ ਵੱਜ ਜਾਂਦਾ ਹੁੰਦਾ ਤੇ ਉਹੀ ਮਾਹੌਲ ਲੱਗਦਾ ਆ ਐਂ ਲੱਗਦਾ ਬਦਲ ਗਿਆ ਕਿੱਥੇ ਆ ਗਏ ਨਹੀਂ ਚੰਡੀਗੜ੍ਹ ਯੂਨੀਵਰਸਿਟੀ ਚੰਡੀਗੜ੍ਹ ਤੇ ਯੂਨੀਵਰਸਿਟੀ ਦੋਨੇ ਜਗ੍ਹਾਵਾਂ ਇਹੋ ਜਿਹੀਆਂ ਨੇਗੀਆਂ ਬਿਲਡਿੰਗਾਂ ਉਦਾਂ ਹੀ ਰਹਿੰਦੀਆਂ ਨੇ ਆਤਮਾਵਾਂ ਆਪਾਂ ਸਾਰੇ ਆਤਮਾਵਾਂ ਹੀ ਆ
ਗੱਬਰ ਜੀ ਜਦੋਂ ਸੈਂਟਰ 'ਤੇ ਜਾਂਦੇ ਹੋ ਕਦੇ ਐਂ ਹੁੰਦਾ ਵੀ ਮੰਨ ਲਓ ਮੋਹਾਲੀ ਤੋਂ ਚੱਲੇ ਹੋ ਵੀ ਆਹ ਦੋਸਤ ਉੱਥੇ ਖੜਾ ਹੀ ਹੋਏ ਤਾਂ ਉੱਥੇ ਰਹਿਣੇ ਦੇ ਰਹਿੰਦਾ ਇੱਥੇ ਤਾਂ ਤੁਸੀਂ ਦੀ ਰਹਿਣੇ ਨੇ ਬਾਈ ਜੇ ਮੈਂ ਨਾ ਲਹਿਰੇ ਵੀ ਜਾਂਦੇ ਹਾਂ ਬਹੁਤ ਯਾਦਾਂ ਨੇ ਮੈਂ ਅੱਜ ਵੀ ਸਵੇਰੇ ਕਿਸੇ ਦਾ ਮਿੱਤਰ ਦਾ ਫੋਨ ਆਇਆ ਸੀ ਤਾਂ ਮੈਂ ਉਹਨੂੰ ਕਹਿ ਰਿਹਾ ਸੀ ਮੈਂ ਕਿਹਾ ਯਾਰ ਵੀ ਹੁਣ ਲਹਿਰੇ ਤੋਂ ਕਾਫੀ ਦੋਸਤ ਸੰਗਰੂਰ ਸ਼ਿਫਟ ਹੋ ਗਏ ਆਊਟ ਆਫ ਇੰਡੀਆ ਚਲੇ ਗਏ ਅਤੇ ਪਰ ਮੈਂ ਕਿਹਾ ਵੀ ਲਹਿਰੇ ਜਾ ਕੇ ਇੱਕ ਗਲੀਆਂ ਨਾਲ ਵੀ ਮੋਹ ਲਗਾ ਵਾ ਉੱਦਾਂ ਹੀ ਇੱਥੇ ਸੈਂਟਰ ਨਾਲ ਕਹਿ ਲਓ ਯੂਨੀਵਰਸਿਟੀ ਨਾਲ ਕਹਿ ਲਓ ਚੰਡੀਗੜ੍ਹ ਨਾਲ ਕਹਿ ਲਓ ਮੋਹਾਲੀ ਨਾਲ ਕਹਿ ਲਓ ਤਾਂ ਇੱਕ ਰੂਹ ਜੁੜੀ ਹੋਈ ਆ ਹੈ ਨਾ ਉਹ ਆਪਣੀਆਂ ਰਗਾਂ 'ਚ ਹੀ ਨੇ ਉਹ ਸ਼ਹਿਰ ਕਹਿ ਲਓ ਆਹ ਥਾਵਾਂ ਕਹਿ ਲਓ ਤਾਂ ਉਹ ਕਾਫੀ ਆਪਾਂ ਨੂੰ ਜਿਵੇਂ ਕਹਿ ਦਈਏ ਯਾਦਾਂ ਜਿਹੀਆਂ ਤਾਜ਼ੀਆਂ ਹੋ ਜਾਂਦੀਆਂ ਨੇ ਤਾਂ ਕਦੇ ਉਹ ਜਗ੍ਹਾਵਾਂ ਉੱਪਰੀਆਂ ਵੀ ਸ਼ਾਇਦ ਤਾਂ ਨਹੀਂ ਲੱਗਦੀਆਂ ਆਪਾਂ ਨੂੰ ਉੱਥੇ ਜਾ ਕੇ ਹਜ਼ਾਰਾਂ ਯਾਦਾਂ ਆ ਜਾਂਦੀਆਂ ਨੇ ਸਾਡਾ ਡਿਪਾਰਟਮੈਂਟ ਸੀ ਇੰਡੀਅਨ ਥੀਏਟਰ ਡਿਪਾਰਟਮੈਂਟ ਸੀਗਾ ਉਰਦੂ 'ਚੋਂ ਮੈਂ ਕੀਤਾ ਸੀਗਾ ਸਰਟੀਫਿਕੇਟ ਕੋਰਸ ਅਤੇ ਜ਼ਰੀਨ ਫਾਤਿਮਾ ਮੈਡਮ ਹੁੰਦੇ ਸੀ ਉਹਨਾਂ ਟਾਈਮਾਂ 'ਚ ਤਾਂ ਉਹ ਕਾਫੀ ਚੀਜ਼ਾਂ ਮਤਲਬ ਅੱਖਾਂ ਮੂਹਰੇ ਘੁੰਮ ਜਾਂਦੀਆਂ ਨੇਗੀਆਂ ਅਤੇ ਕੋਈ ਇਹੋ ਜਿਹੀ ਯਾਦ ਹੋਵੇ ਜਿਹੜੀ ਕਿ ਦਿਲ ਦੇ ਬਹੁਤ ਕਰੀਬ ਹੋਵੇ ਜਾਂ ਕੋਈ ਇਹੋ ਜਿਹਾ ਇੰਸੀਡੈਂਟ ਹੋਵੇ ਜਿਹਨੇ ਲੱਗਿਆ ਵੀ ਗੱਬਰ ਸੰਗਰੂਰ ਅੱਜ ਵੀ ਉਸ ਇੰਸੀਡੈਂਟ ਨੂੰ ਯਾਦ ਕਰਕੇ ਰੋ ਪੈਂਦੇ ਆ ਜਾਂ ਇਮੋਸ਼ਨਲ ਹੋ ਜਾਂਦਾ ਕੋਈ ਇਹੋ ਜਿਹਾ ਖਾਸ ਇੰਸੀਡੈਂਟ ਤੁਹਾਡੇ ਨਾਲ ਮੈਨੂੰ ਲੱਗਦਾ ਬਾਈ ਜਿੰਨਾ ਕਰਾਉਣਾ ਸੀ ਜ਼ਿੰਦਗੀ 'ਚ ਰੋ ਹਟੇ ਜਿੰਨਾ ਕੁ ਇਮੋਸ਼ਨਲ ਹੋਣਾ ਸੀ ਹੋ ਹਟੇ ਜ਼ਿੰਦਗੀ ਤੁਹਾਨੂੰ ਜਿਵੇਂ ਜਿਵੇਂ ਵੱਡੇ ਅਤੇ ਮਚਿਓਰ ਹੁੰਦੇ ਜਾਂਦੇ ਹੋ ਕੀ ਕਹਿੰਦੇ ਨੇ ਕਾਮ ਵੀ ਕਰ ਦਿੰਦੀ ਆ ਤੁਹਾਨੂੰ ਦੁੱਖ ਸਹਿਣਾ ਸਿਖਾ ਦਿੰਦੀ ਆ ਚੁੱਪ ਰਹਿਣਾ ਸਿਖਾ ਦਿੰਦੀ ਆ ਅਤੇ ਇੱਦਾਂ ਦੀਆਂ ਯਾਦਾਂ ਮੈਨੂੰ ਲੱਗਦਾ ਠੀਕ ਹੈ ਵੀ ਵਕਤ ਹੈ ਹੈ ਨਾ ਹੱਸਣ ਲਈ ਵੀ ਪਲ ਆਉਂਦੇ ਨੇ ਰੋਣ ਲਈ ਵੀ ਨਾਲ ਲੈ ਕੇ ਕੀ ਤੁਰਨਾ ਕਿਸੇ ਚੀਜ਼ ਨੂੰ ਤਾਂ ਚੰਗੀਆਂ ਗੱਲਾਂ ਯਾਦ ਰੱਖਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਮਾਫ਼ੀ ਚਾਹੂੰਗਾ ਜੇ ਜ਼ਿਆਦਾ ਉਹ ਕੀ ਕਹਿੰਦੇ ਮੈਨੇ ਕਿ ਮਹਾਨ ਬਣਨ ਦੀ ਕੋਸ਼ਿਸ਼ ਕਰ ਰਿਹਾ ਵਾਂ ਦੇਖੋ ਜਿਹੜੇ ਤੁਹਾਡੇ ਗਾਣੇ ਨੇ ਨਾ ਜਿਹੜੇ ਤੁਹਾਡੇ ਵੈਬ ਸੀਰੀਜ਼ਾਂ ਨੇ ਉਹਨਾਂ ਦੇ ਇੱਕ ਮੈਸੇਜ ਸੀ ਹਾਂ ਸ਼ਾਇਦ ਕਹਿੰਦੇ ਵੀ ਇੱਕ ਨਾ ਮੇਰੇ ਦਿਮਾਗ 'ਚ ਇੱਕ ਹੋਰ ਕੁਸ਼ਚਨ ਆਇਆ ਸੋਰੀ ਮੈਂ ਇੰਟਰਪਟ ਕਰ ਰਿਹਾ ਤੁਹਾਨੂੰ ਅਤੇ ਜਿਵੇਂ ਆਪਾਂ ਕਹਿੰਦੇ ਹਾਂ ਤੁਸੀਂ ਲਿਖਦੇ ਹੋ ਤੁਸੀਂ ਰਾਈਟਿੰਗ ਕਰਦੇ ਹੋ ਬਟ ਜਦੋਂ ਜਿਵੇਂ ਆਪਾਂ ਕਹਿੰਦੇ ਲੀਡ ਰੋਲ ਜਿਹੜਾ ਹੁੰਦਾ ਐਕਟਰ ਦਾ ਹੁੰਦਾ ਹਮੇਸ਼ਾ ਕਹਾਣੀ ਦੇ ਵਿੱਚ ਹਾਂਜੀ ਹਾਂਜੀ ਐਕਟਰ ਦੀ ਇੱਕ ਫੈਨ ਫੋਲੋਇੰਗ ਹੁੰਦੀ ਹੈ ਜਾਂ ਜਿਹੜੇ ਦੁਨੀਆ ਜਾਣਦੀ ਆ ਉਹ ਸ਼ਾਇਦ ਐਕਟਰਾਂ ਨੂੰ ਜ਼ਿਆਦਾ ਜਾਣਦੀ ਆ ਡਾਇਰੈਕਟਰਾਂ ਪ੍ਰੋਡਿਊਸਰਾਂ ਉਹਨਾਂ ਨਹੀਂ ਜਾਣਦੀ ਤਾਂ ਕਦੇ ਐਂ ਫੀਲ ਹੁੰਦਾ ਵੀ ਹਾਂ ਵੀ ਮਿਹਨਤ ਬਹੁਤ ਕੀਤੀ ਜਾਂ ਨਾਮ ਕਿਸੇ ਹੋਰ ਦਾ ਹੋ ਗਿਆ ਕਦੇ ਇੱਦਾਂ ਦੀ ਫੀਲ ਆਈ ਹੋਵੇ ਕਿਉਂਕਿ ਆਪਾਂ ਹੁਣ ਲੇਟੈਸਟ ਵਰਲਡ ਕੱਪ ਦੀ ਗੱਲ ਕਰਾਂ ਇੰਡੀਆ ਟੀਮ ਨੇ ਜਿੱਤਿਆ ਪਰ ਕਿਤੇ ਨਾ ਕਿਤੇ ਜਿਹੜੀ ਸਪੋਰਟਿੰਗ ਸਟਾਫ ਸੀ ਜਾਂ ਕੋਚਿੰਗ ਟੀਮ ਸੀ ਉਹਨਾਂ ਦਾ ਨਾਮ ਇੰਨਾ ਹਾਈਲਾਈਟ ਨਹੀਂ ਹੁੰਦਾ ਭਾਅ ਜੀ ਦੇਖੋ ਹਰ ਚੀਜ਼ ਦੀ ਨਾ ਇੱਕ ਮੈਨੂੰ ਲੱਗਦਾ ਕੁਦਰਤ ਨੇ ਹਰ ਚੀਜ਼ ਦਾ ਨਿਯਮ ਬਣਾਇਆ ਅਤੇ ਜਿਵੇਂ ਆਪਾਂ ਹੁਣ ਆਪਾਂ ਕਿਉਂਕਿ ਜ਼ਿਆਦਾ ਗੱਲ ਆਪਾਂ ਯੂਨੀਵਰਸਿਟੀ ਦੀ ਕਰ ਰਹੇ ਹਾਂ ਇਲੈਕਸ਼ਨਸ ਹੋ ਗਈਆਂ ਪੋਲੀਟਿਕਸ ਹੋ ਗਈਆਂ ਤਾਂ ਉਹਦੇ 'ਚ ਆਪਾਂ ਪਾਰਟੀਆਂ ਦੇ ਹੈ ਨਾ ਝੰਡੇ ਵੀ ਚੱਕਦੇ ਹਾਂ ਆਪਾਂ ਨਾਅਰੇ ਲਾਉਂਦੇ ਹਾਂ ਤਾਂ ਜਦੋਂ ਪਾਰਟੀ ਜਿੱਤ ਜਾਂਦੀ ਆ ਉੱਥੇ ਕਿੰਨੀ ਵਰਕਰਸ ਹੁੰਦੇ ਨੇ ਤਾਂ ਆਪਾਂ ਸਾਰੇ ਵੀ ਫਿਲਮ ਲਾਈਨ ਦੇ ਵਰਕਰਸ ਹਾਂ ਤਾਂ ਨੈਚੁਰਲੀ ਪਤਾ ਹੀ ਹੁੰਦਾ ਵੀ ਜੇ ਫਿਲਮ 'ਚ ਕੰਮ ਕਰ ਰਹੇ ਹੋ ਐਕਟਰਸ ਨੂੰ ਐਪਰੀਸ਼ੀਏਸ਼ਨ ਜ਼ਿਆਦਾ ਮਿਲਣੀ ਆ ਹੈ ਨਾ ਅਤੇ ਬਟ ਫਿਰ ਵੀ ਇਸ ਗੱਲੋਂ ਉਹੀ ਆ ਸੈਟਿਸਫੈਕਸ਼ਨ ਬਹੁਤ ਸ਼ਾਇਦ ਸ਼ੁਰੂ ਤੋਂ ਹੀ ਨਾਲ ਤੁਰਦੀ ਰਹੀ ਆ ਹੈ ਨਾ ਸਬਰ ਕੁਦਰਤ ਨੇ ਦਿੱਤਾ ਹਮੇਸ਼ਾ ਦਿੱਤਾ ਨਾਲ ਰਿਹਾ ਅਤੇ ਸਬਰ ਹੈਗਾ ਆਪਾਂ ਨੂੰ ਇਨਫੈਕਟ ਮੈਨੂੰ ਨਾ ਜ਼ਿਆਦਾ ਬਈ ਕਹੀਏ ਵੀ ਪਿੱਛੇ ਰਹਿਣਾ ਬੈਕ ਜੇ ਆਪਾਂ ਫਿਲਮ ਲਾਈਨ 'ਚ ਵੀ ਆ ਕੇ ਬੈਕ ਸਕਰੀਨ ਕੰਮ ਕਰ ਰਹੇ ਹਾਂ ਹੈ ਨਾ ਥੀਏਟਰ 'ਚ ਵੀ ਡਾਇਰੈਕਸ਼ਨ 'ਚ ਕੰਮ ਕਰੀਦਾ ਸੀਗਾ ਤਾਂ ਉੱਦਾਂ ਹੀ ਪਰਦੇ ਪਿੱਛੇ ਰਹਿਣਾ ਅਤੇ ਗੁਮਨਾਮ ਰਹਿਣ 'ਚ ਜ਼ਿਆਦਾ ਆਨੰਦ ਆਉਂਦਾ ਸਵਾਦ ਆਉਂਦਾ ਤੋ ਤੁਹਾਡੇ ਉਹ ਹੈ ਨਾ ਵੀ ਜ਼ਿੰਦਗੀ 'ਚ ਕਿਰਦਾਰ ਇੱਦਾਂ ਦਾ ਨਵਾਓ ਕਿ ਪਰਦਾ ਗਿਰਨ ਤੋਂ ਬਾਅਦ ਵੀ ਤਾਲੀਆਂ ਵੱਜਦੀ ਰਹਿਣੀ ਚਾਹੀਦੀ ਚਲੋ ਇਹੀ ਬਹੁਤ ਆ ਬਈ ਆਪਾਂ ਆਪਦੇ ਸੁਪਨਿਆਂ ਦੀ ਲਾਈਨ 'ਚ ਤੁਰੇ ਫਿਰਦੇ ਹਾਂ ਹੈ ਨਾ ਕੁਛ ਬਣਦਾ ਨਹੀਂ ਬਣਦਾ ਉਹ ਦੂਜੀ ਗੱਲ ਆ ਕਈਆਂ ਨਾਲੋਂ ਇਸ ਗੱਲੋਂ ਖੁਸ਼ ਨਸੀਬਾਂ ਹੈ ਨਾ ਹੋਰ ਕਿਸੇ ਲਾਈਨ 'ਚ ਹੁੰਦੇ ਸ਼ਾਇਦ ਤੜਫਦੇ ਯਾਰ ਵੀ ਫਿਲਮ ਲਾਈਨ 'ਚ ਜਾਣਾ ਜਾਂ ਮੈਂ ਜੇ ਉੱਧਰ ਜਾਂਦਾ ਐਂ ਕਰ ਦਿੰਦਾ ਘੱਟੋ ਘੱਟ ਇਸ ਲਾਈਨ 'ਚ ਹੁਣ ਜਿੰਨਾ ਕੁ ਕਰ ਲਿਆ ਉਹ ਆਪਦਾ ਹੀ ਆ ਭਾਅ ਜੀ ਅਤੇ ਗੱਬਰ ਜੀ ਜਿਵੇਂ ਤੁਸੀਂ ਪਹਿਲਾਂ ਵੀ ਕਹਿ ਰਹੇ ਤੁਹਾਡੇ ਵੀ ਦੋਸਤ ਬਾਹਰ ਚਲੇ ਗਏ ਅੱਜ ਕੱਲ੍ਹ ਯੂਥ ਬੜਾ ਬਾਹਰ ਜਾ ਰਿਹਾ ਤਾਂ ਇਸ ਨੂੰ ਲੈ ਕੇ ਵੀ ਕੋਈ ਮੈਸੇਜ ਸੋਚਿਆ ਵੀ ਆਉਣ ਵਾਲੇ ਟਾਈਮ 'ਚ ਸਾਨੂੰ ਦੇਖਣ ਨੂੰ ਮਿਲ ਸਕਦਾ ਕਿ ਯੂਥ ਬੜਾ ਬਾਹਰ ਜਾ ਰਿਹਾ ਆਪਾਂ ਦੇਖ ਰਹੇ ਹਾਂ ਕੈਨੇਡਾ ਆਸਟ੍ਰੇਲੀਆ ਦੇ ਵਿੱਚ ਹੁਣ ਵੀ ਆਈਲੈਟ ਸੈਂਟਰ ਭਰੇ ਹੋਏ ਆ ਇਮੀਗ੍ਰੇਸ਼ਨ ਵਾਲੇ ਬੜਾ ਫਰੋਡ ਵੀ ਚੱਲ ਰਿਹਾ ਤਾਂ ਇਸ ਨੂੰ ਲੈ ਕੇ ਵੀ ਕੋਈ ਸੋਚਿਆ ਵੀ ਕੋਈ ਪ੍ਰੋਜੈਕਟ ਹੋ ਸਕਦਾ ਬਈ ਵੈਸੇ ਤਾਂ ਸਾਰਾ ਹੁਣ ਆਪਣੇ ਅੱਜ ਕੱਲ੍ਹ ਮੈਨੂੰ ਤਾਂ ਲੱਗਦਾ ਹੁੰਦਾ ਯਾਰ ਆਪਾਂ ਤਾਂ ਫਿਰ ਠੀਕ ਹੈ ਗੀਤ ਲਿਖ ਲੈਣਾ ਉਹ ਆਪਾਂ ਇੱਕ ਇਕੱਲੇ ਬੈਠ ਕੇ ਥੋੜ੍ਹਾ ਟਾਈਮ ਲਾ ਕੇ ਚੀਜ਼ਾਂ ਢਾਹ ਪਾਉਣ ਲਈਆਂ ਗੀਤ ਲਿਖਣਾ ਹੋਰ ਗੱਲ ਹੁੰਦੀ ਆ ਮੈਨੂੰ ਲੱਗਦਾ ਯਾਰ ਮੈਂ ਓਨਾ ਇੰਟੈਲੀਜੈਂਟ ਨਹੀਂ ਹੈਗਾ ਵੀ ਕਈ ਵਾਰ ਅੱਜ ਕੱਲ੍ਹ ਹਰੇਕ ਨੂੰ ਪਤਾ ਹੁੰਦਾ ਉਹਨੂੰ ਕਾਰ ਦੇ ਪੁਰਜਿਆਂ ਬਾਰੇ ਵੀ ਪਤਾ ਹੋਊਗਾ ਉਹਨੂੰ ਆ ਮਾਈਕ ਬਾਰੇ ਵੀ ਪਤਾ ਹੋਊ ਕੈਮਰਿਆਂ ਬਾਰੇ ਵੀ ਪਤਾ ਹੋਊਗਾ ਸਾਨੂੰ ਇਸ ਲਾਈਨ 'ਚ ਰਹਿ ਕੇ ਵੀ ਸ਼ਾਇਦ ਕਈ ਵਾਰ ਓਨੀ ਨੌਲੇਜ ਨਹੀਂ ਹੁੰਦੀ ਯੂਥ ਵੈਸੇ ਤਾਂ ਬਹੁਤ ਸਿਆਣਾ ਪਰ ਕਈ ਵਾਰ ਆਪਣੇ ਅੱਖਾਂ 'ਤੇ ਨਾ ਕਿਸੇ ਚੀਜ਼ ਦੀ ਕਹਿ ਲਓ ਉਹ ਲਾਲਸਾ ਹੋ ਸਕਦੀ ਆ ਉਹ ਆਪਣਾ ਸੁਪਨਾ ਹੋ ਸਕਦਾ ਪੱਟੀ ਬੰਨੀ ਜਾਂਦੀ ਆ ਤਾਂ ਸਭ ਤੋਂ ਵੱਡੀ ਰਿਕੁਐਸਟ ਇਹੀ ਆ ਵੀ ਯਾਰ ਆਪਦੀਆਂ ਅੱਖਾਂ ਤੋਂ ਪੱਟੀਆਂ ਤਾਰ ਕੇ ਆਪ ਮੈਕਸੀਮਮ ਫਾਰਮ ਫੁਰਮ ਜੋ ਵੀ ਭਰਨਾ ਆਪ ਰਿਸਰਚ ਕਰੋ ਵੱਧ ਤੋਂ ਵੱਧ ਅਤੇ ਪੰਜਾਬ ਸੱਚੀ ਬਹੁਤ ਸੋਹਣੀ ਜਗ੍ਹਾ ਇਹ ਨਹੀਂ ਹੈਗੀ ਵੀ ਆਪਾਂ ਉਰੇ ਜੰਮੇ ਆਪਾਂ ਉਈ ਤਾਰੀਫ ਹੀ ਕਰਦੇ ਰਹਿਣਾ ਵੀ ਜਿੰਨਾ ਕੁ ਥੋੜ੍ਹਾ ਬਹੁਤ ਘੁੰਮ ਕੇ ਵੇਖਿਆ ਹੈ ਨਾ ਕਿਤਾਬਾਂ 'ਚੋਂ ਪੜ੍ਹਿਆ ਦੁਨੀਆਂ ਤੋਂ ਸੁਣਿਆ ਤਾਂ ਪੰਜਾਬ
ਅੱਧੀ ਮਿਹਨਤ 'ਚ ਤੁਸੀਂ ਉਰੇ ਆਪਦਾ ਵਧੀਆ ਨਾਮ ਬਣਾ ਸਕਦੇ ਹੋ। ਇੱਕ ਨਾ ਗੱਬਰ ਬਾਈ, ਜੇ ਆਪਾਂ ਗੱਲ ਕੀਤੀ, ਤੁਸੀਂ ਵੈਬ ਸੀਰੀਜ਼ ਜਦੋਂ ਬਣਾਈ ਸੀ ਗੈਂਗਲੈਂਡ ਮਦਰਲੈਂਡ, ਯੂਟਿਊਬ ਦੀ ਹਿਸਟਰੀ ਦੇ ਦੂਜੀ ਪੰਜਾਬੀ ਵੈਬ ਸੀਰੀਜ਼ ਸੀ ਜਿਹੜੀ ਬਹੁਤ ਜ਼ਿਆਦਾ ਹਿੱਟ ਹੋਈ ਸੀ ਜਾਰਜ 160 ਡਿਗਰੀ ਤੋਂ ਬਾਅਦ। ਹਾਂਜੀ, ਬੜਾ ਲੋਕਾਂ ਨੇ ਪਿਆਰ ਦਿੱਤਾ, ਪਰ ਹੁਣ ਆਪਾਂ ਦੇਖ ਰਹੇ ਹਾਂ OTT ਪਲੇਟਫਾਰਮ ਨੇ ਉਹ ਜ਼ਿਆਦਾ ਕਿਤੇ ਨਾ ਕਿਤੇ ਓਵਰਟੇਕ ਕਰ ਰਹੇ ਸਿਨੇਮੇ ਨੂੰ। ਹਾਂਜੀ, ਤੇ ਇਹ ਕਿੱਦਾਂ ਰਿਲੇਟ ਹੋ ਸਕਦਾ ਵੀ ਕੀ ਸਿਨੇਮਾ ਨੂੰ ਆਉਣ ਵਾਲੇ ਟਾਈਮ 'ਚ OTT ਕਵਰ ਅਪ ਕਰ ਲੂ, ਜਾਂ ਇਸ ਚੀਜ਼ ਨੂੰ ਤੁਸੀਂ ਪੋਜ਼ਿਟਿਵ ਦੇਖਦੇ ਹੋ, ਜਾਂ ਕਿਵੇਂ ਕਿਸ ਤਰ੍ਹਾਂ ਰਿਲੇਟ ਕਰ? ਨਹੀਂ ਵੀਰੇ, OTT ਦੇਖੋ ਸਿਨੇਮਿਆਂ ਦੀ ਕੁਛ ਲਿਮਿਟੇਸ਼ਨਸ ਹੈਗੀ ਆ, ਹੈ ਨਾ, ਲਿਮਿਟਡ ਜੇ ਉਹਨਾਂ ਕੋਲ ਫਰਾਈਡੇਜ਼ ਨੇ ਅਤੇ ਫਿਲਮਾਂ ਵੱਧ ਹੁੰਦੀਆਂ ਨੇ, ਹਿੰਦੀ ਪੰਜਾਬੀ ਕਈ ਵਾਰ ਆਹ ਸਾਊਥ ਵਾਲੀਆਂ ਫਿਲਮਾਂ ਆ ਜਾਂਦੀਆਂ, ਤਾਂ ਸਿਨੇਮਿਆਂ 'ਚ ਕਈ ਵਾਰ ਫਿਲਮਾਂ ਨੂੰ ਪ੍ਰੋਪਰ ਜਗ੍ਹਾ ਨਹੀਂ ਮਿਲਦੀ, ਹੈ ਨਾ, ਉੱਥੇ ਇੱਕ ਅਲੱਗ ਤਰ੍ਹਾਂ ਦੀ ਸਟਰਗਲ ਹੈ, ਤੁਹਾਡੇ ਕੋਲ ਸਟਾਰ ਵੱਡਾ ਹੋਣਾ ਚਾਹੀਦਾ ਜਾਂ ਤੁਹਾਡਾ ਕੰਟੈਂਟ ਬਹੁਤ ਇੰਨਾ ਕੁ ਹੋਣਾ ਚਾਹੀਦਾ ਸਟਰੋਂਗ ਆ। ਤਾਂ OTTs ਨੇ ਕਿਤੇ ਨਾ ਕਿਤੇ ਆ ਕੇ ਇੱਕ ਤਾਂ ਫਿਲਮ ਮੇਕਰਾਂ ਦੀ ਕਮਾਈ 1-2 ਰੁਪਈਆ ਇਨਕਰੀਜ਼ ਕੀਤੀ ਆ, ਦੂਜਾ ਹੈ ਨਾ ਇਕੱਲੀ ਪਹਿਲਾਂ ਯੂਟਿਊਬ ਸੀਗੀ, ਅੱਜ ਯੂਟਿਊਬ ਦੇ ਨਾਲ ਐਮਾਜ਼ੋਨ, ਨੈੱਟਫਲਿਕਸ, ਹੋਰ ਹਜ਼ਾਰਾਂ ਪਲੇਟਫਾਰਮਸ ਨੇ ਜਿੱਥੇ ਆਪਾਂ ਆਪਦੀਆਂ ਫਿਲਮਾਂ ਵੈਬ ਸੀਰੀਜ਼ ਭੇਜ ਸਕਦੇ ਹਾਂ, ਸ਼ੋਅ ਕਰ ਸਕਦੇ ਹਾਂ। ਤਾਂ ਇੱਕ ਤਾਂ ਆਡੀਅੰਸ ਇਨਕਰੀਜ਼ ਹੋਈ, ਤਾਂ ਜਦੋਂ ਆਡੀਅੰਸ ਇਨਕਰੀਜ਼ ਹੋਊਗੀ ਤਾਂ 1 ਰੁਪਈਆ ਵੀ ਕਿਤੇ ਨਾ ਕਿਤੇ ਫਿਲਮ ਮੇਕਰ ਦੀ ਜੇਬ 'ਚ ਆਉਂਦਾ, ਤਾਂ ਇਹ ਵਧੀਆ ਗੱਲ ਹੀ ਆ। ਇਨਫੈਕਟ ਮੈਨੂੰ ਲੱਗਦਾ ਕਿਉਂਕਿ ਜਦੋਂ ਤੁਹਾਨੂੰ ਇੱਥੋਂ ਆਊਗਾ ਫਿਲਮ ਤਾਂ ਬਣਾਉਣੀ ਹੋ ਆ ਫਿਲਮ ਮੇਕਰਸ ਨੇ, ਤਾਂ ਉਹ ਸਿਨੇਮਿਆਂ 'ਚ ਵੀ ਲੱਗੂਗੀ, ਅਤੇ ਦੋਨੇ ਰੇਲ ਦੀ ਲਾਈਨ ਵਾਂਗੂ ਦੋ ਲਾਈਨਾਂ ਵਿਛਗੀਆਂ ਦੇ ਫਾਇਦਾ ਹੀ ਆ। ਅਤੇ ਸੈਟਿਸਫਾਈਡ ਹੁਣ ਤੱਕ ਜਿੰਨਾ ਕੰਮ ਕੀਤਾ ਵੀ ਹਾਂ ਇੱਕ ਕਾਮਯਾਬੀ ਮਿਲੀ, ਜਾਂ ਉੜਤਾ, ਚਾਹੇ ਮੈਂ ਵਾਈਟ ਪੰਜਾਬ ਦੀ ਗੱਲ ਕਰਾਂ, ਚਾਹੇ ਗੈਂਗਲੈਂਡ ਮਦਰਲੈਂਡ ਦੀ ਗੱਲ ਕਰਾਂ, ਜਾਂ ਹੋਰ ਫਿਲਮਾਂ ਵਿੱਚ ਵੀ ਤੁਸੀਂ ਲਾਈਨ ਪ੍ਰੋਡਕਸ਼ਨ ਕੀਤੀ, ਤਾਂ ਸੈਟਿਸਫਾਈਡ ਹੋਏ ਤੱਕ? ਹਾਂ ਬਈ, ਐਂ ਜੇ ਲੱਗਦਾ ਵੀ ਹੁਣ ਤੱਕ ਜੋ ਕਰ ਲਿਆ ਉਹ ਸਿੱਖ ਰਹੇ ਸੀਗੇ, ਹੁਣ ਆਪਦੇ ਆਪ ਨੂੰ ਐਂ ਜੇ ਲੱਗਦਾ ਵੀ ਹੁਣ ਤਿਆਰ ਹੋ ਗਏ, ਹੁਣ ਕੁਛ ਵਧੀਆ ਕਰ ਸਕਾਂਗੇ ਸ਼ਾਇਦ ਵੀ। ਕੋਸ਼ਿਸ਼ਾਂ ਖੁਸ਼ ਹਾਂ ਬਈ ਵੀ ਲੱਗੇ ਹੋਏ ਹਾਂ, ਰੈਗੂਲਰ ਕਰੀ ਜਾਂਦੇ ਹਾਂ ਕੁਛ ਨਾ ਕੁਛ, ਹੈ ਨਾ, ਅਤੇ ਭੰਡਾ ਭੰਡਾਰੀਆ ਕਿੰਨਾ ਕੁ ਭਾਰ, ਇੱਕ ਕੰਮ ਮੁੱਕਦਾ ਦੂਜਾ ਤਿਆਰ ਤਾਂ ਕਰੀ ਜਾਂਦੇ ਹਾਂ, ਲੱਗੇ ਹੋਏ ਹਾਂ ਇਸ ਲਾਈਨ 'ਚ, ਖੁਸ਼ ਹਾਂ ਇਸ ਗੱਲੋਂ। ਕਿਤੇ ਸਮੇਂ ਦੇ ਕਾਮਯਾਬੀ ਮਿਲ ਜਾਂਦੀ, ਲਾਈਕ ਜਦੋਂ ਆਪਾਂ ਸੀੜੀਆਂ ਚੜ੍ਹਦੇ ਨਾ, ਕਿਤੇ ਕਿਤੇ ਲੱਗਦਾ ਵੀ ਹੁਣ ਆਪਾਂ ਇੱਕ ਚੀਜ਼ ਇਹ ਕਾਮਯਾਬੀ 'ਚ ਮੈਨੂੰ ਲੱਗਦਾ, ਚਲੋ ਕਿੰਨੇ ਕਾਮਯਾਬ ਆਏ ਤਾਂ, ਹੈ ਨਾ, ਵੀ ਆਪਾਂ ਸਕੂਨ 'ਚ ਵਧੀਆ ਖੁਸ਼ ਹਾਂ। ਅਤੇ ਮੈਨੂੰ ਲੱਗਦਾ ਵੀਰੇ ਇਹਦੇ 'ਚ ਵੀ ਇਹ ਆ ਵੀ ਤੁਸੀਂ ਆਪਦਾ ਸਫ਼ਰ ਦੇਖੋ, ਹੈ ਨਾ, ਮੋਸਟਲੀ ਆਪਣੇ ਆਪਾਂ ਕੀ ਕਰਦੇ ਹਾਂ, ਨਾਲ ਦਿਆਂ ਦੀਆਂ ਲੱਤਾਂ ਖਿੱਚਣ ਬਹਿ ਜਾਂਦੇ ਹਾਂ, ਤਾਂ ਆਪਾਂ ਇਹ ਨਹੀਂ ਸੋਚਦੇ ਆਪਾਂ ਆਪਦਾ ਵੀ ਟਾਈਮ ਵੇਸਟ ਕਰ ਰਹੇ ਹਾਂ। ਬੈਟਰ ਆਪਾਂ ਜਦੋਂ ਕਿਸੇ ਦਾ ਕੰਮ ਖਰਾਬ ਕਰਨ ਨਾਲੋਂ ਆਪਣੇ ਕੰਮ ਨੂੰ ਸਵਾਰਨ 'ਤੇ ਉਹ ਸਮਾਂ ਲਾਈਏ, ਤਾਂ ਆਪਣਾ ਕਾਰਜ ਛੇਤੀ ਸਿਰੇ ਚੜੂਗਾ, ਨੀਤਾਂ ਨੂੰ ਮੁਰਾਦਾਂ ਨੇ ਸਾਫ਼, ਨੀਅਤ ਸਾਫ਼, ਦਿਲ ਲੈ ਕੇ ਨਾਲਦਿਆਂ ਦੀ ਸਪੋਰਟ ਕਰਦੇ ਅੱਗੇ ਵੱਧਦੇ ਜਾਓ, ਬਾਕੀ ਤੁਹਾਨੂੰ ਹੈ ਨਾ ਵੀ ਕੁਦਰਤ ਆਪ ਤੁਹਾਡੀ ਬਾਂਹ ਫੜ ਕੇ ਤੁਹਾਨੂੰ ਅੱਗੇ ਲੈ ਕੇ ਜਾਊਗੀ। ਗੱਬਰ ਬਾਈ, ਇੱਕ ਨਾ ਤੁਸੀਂ ਮਤਲਬ ਸਿਰਫ ਸੋਪੂ ਲਈ ਗਾਣੇ ਨਹੀਂ ਲਿਖੇ ਸੀ, ਸੋਈ ਲਈ ਵੀ ਮੈਂ ਦੇਖਿਆ ਵੀ ਹਰ ਉਹ ਪਾਰਟੀਆਂ ਲਈ ਵੀ ਤੁਸੀਂ ਗਾਣੇ ਲਿਖੇ, ਕਿ ਦੋਸਤ ਖਿੱਚ ਕੇ ਲੈ ਆਉਂਦੇ ਸੀ ਵੀ ਨਹੀਂ ਸਾਡੇ ਲਈ, ਸਾਡੇ ਲਈ, ਕਿਉਂਕਿ ਮੈਂ ਜਿਵੇਂ ਆਪਾਂ ਕਹਿ ਨਹੀਂ ਦਿੰਦੇ ਹੁੰਦੇ, ਅੱਜ ਵੀ ਵੋਟ ਪਾਉਣੀ ਹੋਏ, ਹੈ ਨਾ, ਪਾਰਟੀਆਂ ਨੂੰ ਦੇਖ ਲਈਏ ਤਾਂ ਦਿਲ ਹੀ ਨਾ ਕਰੇ ਸ਼ਾਇਦ ਵੋਟਾਂ ਪਾਉਣ ਦਾ, ਤਾਂ ਅੱਜ ਵੀ ਚੰਗੇ ਬੰਦੇ ਨੂੰ ਵੋਟ ਪਾਉਣ ਦੀ ਕੋਸ਼ਿਸ਼ ਕਰੀ ਦੀ ਹੈ। ਤਾਂ ਇੱਦਾਂ ਹੀ ਉਹ ਹੈ ਵੀ ਉਦੋਂ ਸਾਰੇ ਮਿੱਤਰ ਪਿਆਰੇ ਸੀ, ਕਦੇ ਮੀਤ ਵੀਰੇ ਨੇ ਲਿਖਾ ਲਿਆ ਗਾਣਾ, ਤਾਂ ਇੱਕ ਦੋ ਇੱਦਾਂ ਦੇ ਵੀ ਮਿੱਤਰ ਸੀ ਜਿਨ੍ਹਾਂ ਲਈ ਨਹੀਂ ਲਿਖ ਸਕੇ, ਅਤੇ ਬਸ ਇਹ ਸੀਗਾ ਵੀ ਪਾਰਟੀਆਂ ਲਈ ਨਹੀਂ ਲਿਖੇ। ਠੀਕ ਆ, ਉਹ ਗਾਣੇ ਪਾਰਟੀਆਂ ਨੂੰ, ਉਹ ਮਿੱਤਰ ਕਿਉਂਕਿ ਪਾਰਟੀਆਂ ਨਾਲ ਵੱਲੋਂ ਖੜੇ ਸੀਗੇ ਤਾਂ ਪਾਰਟੀਆਂ 'ਚ ਚਲੇ ਗਏ ਗਾਣੇ, ਪਰ ਆਪਾਂ ਗਾਣੇ ਗੀਤਕਾਰਾਂ ਗਾਣੇ ਲਿਖੇ ਹੁੰਦੇ ਸੀ, ਬਾਅਦ 'ਚ ਪਾਰਟੀ ਦਾ ਉਹ ਪਾ ਦਿੰਦੇ ਸੀ ਵਿੱਚ ਜਿਹੜਾ ਵੀ ਨਾਮ ਨੂਮ ਹੁੰਦਾ ਸੀਗਾ। ਅਤੇ ਕੋਈ ਐਂ ਹੁਣ ਤਾਂ ਨਹੀਂ ਕਹਿੰਦੇ ਮੰਤਰੀ ਮੰਡਲ ਨੂੰ ਆਇਆ ਤਾਂ ਹੁਣ ਸਾਡੇ ਲਈ ਵੀ ਗਾਣੇ ਲਿਖੇ? ਨਹੀਂ ਆਉਂਦੀਆਂ ਨੇ ਬਾਈ, ਮੈਂ ਚਲੋ ਲਿਖ ਨਹੀਂ ਪਾਇਆ ਕਦੇ, ਹੈ ਨਾ, ਵੀ ਇਹ ਗੱਲ ਹੈਗੀ ਆ ਵੀ ਅੱਜ ਉਹ ਗਾਣਾ 2012 'ਚ ਆਇਆ ਸੀ, ਅੱਜ ਆਪਾਂ 24 'ਚ ਬੈਠੇ ਹਾਂ, ਤਾਂ ਹਰ ਇਲੈਕਸ਼ਨਾਂ ਵੇਲੇ ਰਾਜਸਥਾਨ 'ਚੋਂ, ਪੰਜਾਬ 'ਚੋਂ, ਇੱਧਰੋਂ ਉੱਧਰੋਂ ਹਰਿਆਣੇ 'ਚ ਵੀ ਇਨਫੈਕਟ ਕਿਸੇ ਨਾ ਕਿਸੇ ਵੱਡੇ ਛੋਟੇ ਮੰਤਰੀ ਦਾ ਫੋਨ ਜ਼ਰੂਰ ਆਉਂਦਾ ਵੀ ਛੋਟੇ ਵੀਰ ਉਹ ਜਿਹਾ ਗਾਣਾ ਲਿਖ ਕੇ ਦੇ, ਪਰ ਫਿਰ ਐਂ ਜੇ ਹੋ ਜਾਂਦਾ ਵੀ ਪਾਰਟੀਆਂ ਨਾਲ ਵੀ ਐਂ ਜੇ ਸੋਚੀਦਾ ਵੀ ਪੋਲੀਟਿਕਸ ਵੱਲ, ਜਿਵੇਂ ਮੈਂ ਕਿਹਾ ਕੀ ਕਹਿੰਦੇ ਨੇ, ਅਸੀਂ ਪੋਲੀਟਿਕਸ ਤੋਂ ਇੰਨਾ ਨਿਰਾਸ਼ ਵੀ ਨਹੀਂ ਗਏ, ਪਰ ਸਾਨੂੰ ਹਲੇ ਉੱਧਰੋਂ ਕੋਈ ਉਦਾਰਵਾਦੀ ਰਸਤਾ ਜਿਹਾ ਦਿਖਦਾ ਨੀਗਾ, ਤਾਂ ਕਰਕੇ ਵੀ ਠੀਕ ਆ ਵੀ ਲਿਖ ਜੇ ਨਹੀਂ ਹੋਇਆ ਕਦੇ। ਪਿੱਛੇ ਜੇ ਰੀਯੂਨੀਅਨ ਹੋਈ ਸੀ ਸੋਪੂ ਦੀ, ਉੱਥੇ ਤਾਂ ਨਹੀਂ, ਜਿਵੇਂ ਮੰਤਰੀ ਵੀ ਆਏ ਕਾਫੀ, ਉਹਦਾ ਸੁਣਦਾ ਸੋਪੂ ਦੇ ਕਾਫੀ ਮੰਤਰੀ। ਜਦੋਂ ਮੈਂ ਨਾ ਸੋਪੂ ਦੀ ਰੀਯੂਨੀਅਨ ਸੀਗੀ, ਕਿਉਂਕਿ ਮੈਂ ਕਦੇ ਮੈਂਬਰ ਨਹੀਂ ਰਿਹਾ ਕਿਸੇ ਵੀ ਪਾਰਟੀ ਦਾ, ਤਾਂ ਮੈਂ ਕਾਫੀ ਸੋਚਿਆ ਯਾਰ ਇਹ ਨਾ ਹੋਏ ਵੀ ਟੈਗ ਜਿਹਾ ਨਾ ਲੱਗ ਜੇ ਕਿਸੇ ਵੀ ਇੱਕ ਪਾਰਟੀ ਦਾ, ਅਤੇ ਪਰ ਫਿਰ ਮੈਨੂੰ ਲੱਗਿਆ ਨਹੀਂ ਯਾਰ ਆਪਾਂ ਨੂੰ ਜਾਣਾ ਚਾਹੀਦਾ ਵੀ, ਹੈ ਨਾ, ਭਰਾ ਨੇ ਸਾਰੇ, ਗੋਲਡੀ ਖੰਗੂੜਾ ਬਾਈ ਹੋ ਗਿਆ, ਵਰਿੰਦਰ ਵੀਰਾ ਹੋ ਗਿਆ, ਜਾਂ ਹੋਰ ਸਾਰੇ ਮੁਲਤਾਨੀ ਵੀਰਾ ਹੋ ਗਿਆ, ਤਾਂ ਫਿਰ ਮੈਨੂੰ ਲੱਗਿਆ ਯਾਰ ਉੱਥੇ ਜਾਵਾਂਗੇ, ਯੂਨੀਵਰਸਿਟੀ ਦੀਆਂ ਪੁਰਾਣੀਆਂ ਯਾਦਾਂ ਤਾਜ਼ੀਆਂ ਹੁੰਦੀਆਂ ਨੇਗੀਆਂ, ਤਾਂ ਚਲੇ ਗਏ ਸੀਗੇ। ਠੀਕ ਆ ਵੀ ਕਾਫੀ ਵਧੀਆ ਲੱਗਿਆ, ਕਾਫੀ ਨਵੇਂ ਪੁਰਾਣੇ ਚਿਹਰੇ ਮਿਲੇ ਉੱਥੇ, ਅਤੇ ਵਧੀਆ ਲੱਗਿਆ। ਅਤੇ ਗੱਬਰ ਬਾਈ, ਕਦੇ ਉੱਥੇ ਐਂ ਤਾਂ ਨਹੀਂ ਕਿਹਾ ਕਿਸੇ ਨੇ ਵੀ ਤੁਹਾਨੂੰ ਦੁਆ ਫੋਨ ਆ ਗਿਆ ਵੀ ਸੋਪੂ ਕੋ ਜੁਆਇਨ ਕਰ ਲਈ ਸੋਪੂ ਦੀ ਪਾਰਟੀ? ਨਹੀਂ ਸਾਰੇ ਕੋਈ, ਦੇਖੋ ਨੈਚੁਰਲੀ ਹੁੰਦਾ, ਹੁਣ ਜਿਹੜੀ ਚੀਜ਼ ਵੱਧ ਚੱਲ ਜੇ ਕਿਤੇ ਨਾ ਕਿਤੇ ਬੰਦੇ ਨੂੰ, ਹੈ ਨਾ, ਵੀ ਅਗਲਿਆਂ ਨੇ ਠੀਕ ਆ, ਬਟ ਇੱਦਾਂ ਦਾ ਕੋਈ ਉਹ ਨਹੀਂ ਗਾ ਸਾਰੇ, ਕਿਉਂਕਿ ਜਿੱਦਾਂ ਮੈਂ ਕਿਹਾ ਬਾਈ
ਤੇ ਠੀਕ ਹੈ ਸਾਰੀਆਂ ਚੀਜ਼ਾਂ, ਬਸ ਮੁਹੱਬਤ ਹੋਣੀ ਚਾਹੀਦੀ ਹੈ, ਪਿਆਰ ਹੋਣੀ ਚਾਹੀਦੀ ਹੈ, ਨਫ਼ਰਤਾਂ ਨਹੀਂ ਹੋਣੀਆਂ ਚਾਹੀਦੀਆਂ, ਬਾਕੀ ਸਭ ਕੁਛ ਵਧੀਆ। ਪਰ ਬਾਈ ਕੋਈ ਸੈੱਟ 'ਤੇ ਕੋਈ ਇਹੋ ਜਿਹੀ ਇੰਸੀਡੈਂਟ ਹੋਇਆ ਹੋਵੇ ਜਦੋਂ ਤੁਸੀਂ ਕੰਮ ਕੀਤਾ, ਜਾਂ ਤੁਹਾਡਾ ਕੋਈ ਕਲਾਕਾਰ ਜੋ ਤੁਹਾਡਾ ਫੇਵਰੇਟ ਹੋਵੇ ਕਿ ਹਾਂ ਇਹਦੇ ਨਾਲ ਕੰਮ ਕਰਕੇ ਇਹਦਾ ਸਵਾਦ ਆ ਗਿਆ ਯਾਰ ਇਸ ਵਾਰ? ਨਹੀਂ, ਸਾਰਿਆਂ ਨਾਲ ਹੀ ਵਧੀਆ ਲੱਗਿਆ, ਮੋਸਟਲੀ ਰਾਕੇਸ਼ ਓਮ ਪ੍ਰਕਾਸ਼ ਮਹਿਰਾ ਜੀ ਨਾਲ ਕੰਮ ਕੀਤਾ ਹੈ ਨਾ, ਇਮਤਿਆਜ਼ ਸਰ ਨਾਲ ਕੰਮ ਕਰਕੇ ਬਹੁਤ ਵਧੀਆ ਲੱਗਿਆ, ਮਧੁਰ ਭੰਡਾਰਕਰ ਸਰ ਨਾਲ ਕੰਮ ਕੀਤਾ ਸੀਗਾ, ਤਾਂ ਉਹੀ ਆ ਵੀਰੇ ਆਪਾਂ ਜਦੋਂ ਆਪਣੇ ਪਿੰਡਾਂ ਸ਼ਹਿਰਾਂ 'ਚ ਬੈਠ ਕੇ ਜਿੰਨਾ ਵੱਡੇ ਫਿਲਮ ਮੇਕਰਾਂ ਦੇ ਕੰਮ ਵੇਖਦੇ ਹੁੰਦੇ ਹਾਂ ਪਹਿਲਾਂ, ਫਿਰ ਆਪਾਂ ਨੂੰ ਉਹਨਾਂ ਨਾਲ ਕੰਮ ਕਰਨ ਦਾ ਮੌਕਾ ਮਿਲਦਾ, ਤਾਂ ਆਪਦੇ ਆਪ 'ਚ ਬਹੁਤ ਖੁਸ਼ੀ ਹੁੰਦੀ, ਆਪਦੇ ਆਪ ਨੂੰ ਖੁਸ਼ ਨਸੀਬ ਗਿਣੀ ਦਾ, ਅਤੇ ਕਾਫੀ ਅੱਡ ਅੱਡ ਫਿਲਮ ਮੇਕਰਾਂ ਦੇ ਸਟਾਈਲ ਅੱਡ ਅੱਡ ਨੇ, ਉਹਨਾਂ ਤੋਂ ਕਾਫੀ ਕੁਛ ਨੋ ਡਾਊਟ ਸਿੱਖਣ ਨੂੰ ਮਿਲਦਾ ਵੀ ਆ, ਅਤੇ ਉਹ ਆਪਾਂ ਆਪਣੀਆਂ ਪੰਜਾਬੀ ਫਿਲਮਾਂ 'ਚ ਲਾਗੂ ਕਰਨ ਦੀ ਵੀ ਕੋਸ਼ਿਸ਼ ਕਰੀਦੀ ਆ। ਕਈ ਵਾਰ ਪੈਸੇ ਦੀ ਘਾਟ ਕਰਕੇ, ਸਮੇਂ ਦੀ ਘਾਟ ਕਰਕੇ ਪੰਜਾਬੀ ਫਿਲਮਾਂ ਕੁਛ ਕਮੀਆਂ ਛੱਡ ਜਾਂਦੀਆਂ ਨੇਗੀਆਂ, ਪਰ ਹੁਣ ਹੌਲੀ ਹੌਲੀ ਪੰਜਾਬੀ ਸਿਨੇਮਾ, ਪੰਜਾਬੀ ਫਿਲਮਾਂ ਵਧੀਆ ਬਣ ਰਹੀਆਂ ਨੇਗੀਆਂ। ਕਈ ਕਲਾਕਾਰ ਤਾਂ ਗੱਬਰ ਜੀ ਤਾਂ ਸੋਚਦੇ ਕਿ ਪੰਜਾਬੀ ਇੰਡਸਟਰੀ ਤੋਂ ਬਾਅਦ ਜੋ ਅਸੀਂ ਬਾਲੀਵੁੱਡ ਪਹੁੰਚ ਗਏ ਉਹ ਸਾਡੇ ਲਈ ਕਾਮਯਾਬੀ ਹੈ, ਤੁਹਾਨੂੰ ਲੱਗਦਾ ਕਿ ਬਾਲੀਵੁੱਡ ਦੀ ਤੱਕ ਪਹੁੰਚਣਾ ਹੀ ਸਿਰਫ ਕਾਮਯਾਬੀ ਹੈ? ਭਾਅ ਜੀ ਆਪਣੇ ਨਾਲ ਤਾਂ ਉੱਦਾਂ ਹੀ ਪੁੱਠਾ, ਮੇਰੀ ਪਹਿਲੀ ਫਿਲਮ ਜਿਹੜੀ ਐਜ਼ ਅ ਲਾਈਨ ਪ੍ਰੋਡਿਊਸਰ ਸੀ ਉਹ ਸੀ ਹਾਲੀਵੁੱਡ ਫਿਲਮ ਸੀ, ਵੈਸਟ ਇਜ਼ ਵੈਸਟ, ਉਦੋਂ ਬਾਅਦ 'ਚ ਬਾਲੀਵੁੱਡ ਕੀਤਾ, ਫਿਰ ਪੰਜਾਬੀ ਫਿਲਮਾਂ ਕੀਤੀਆਂ, ਤਾਂ ਆਮ ਕਾਮਯਾਬੀ ਥੱਲੋਂ ਉੱਤੇ ਜਾ ਕੇ ਹੁੰਦੀ ਹੈ, ਸਾਨੇ ਮਾਂ ਬੋਲੀ ਵੱਲ ਮੁੜਨਾ ਸੀ ਤਾਂ ਅਸੀਂ ਉੱਤੋਂ ਥੱਲੇ ਆਇਆ, ਤੇ ਅਸੀਂ ਵੀ ਆਪਦੇ ਆਪ ਨੂੰ ਕਾਮਯਾਬ ਹੀ ਗਿਣਦੇ ਹਾਂ। ਬਹੁਤ ਵਧੀਆ ਸੋਚ ਹੈ ਗੱਬਰ ਜੀ, ਕਿਉਂਕਿ ਜੇ ਸਾਰਾ ਯੂਥ ਇੱਦਾਂ ਸੋਚਣ ਲੱਗ ਜਾਏਗਾ ਆਪਾਂ ਮਾਂ ਬੋਲੀ ਲਈ ਕੁਛ ਕਰਨਾ ਜਾਂ ਪੰਜਾਬ ਲਈ ਕੁਛ ਕਰਨਾ, ਮੈਨੂੰ ਲੱਗਦਾ ਪੰਜਾਬ ਦੀ ਬਹੁਤ ਜ਼ਿਆਦਾ ਤਰੱਕੀ ਆਪਾਂ ਆਪ ਹੀ ਰੋਕੀ ਹੋਈ ਹੈ, ਕਿਉਂਕਿ ਆਪਾਂ ਸੋਚਦੇ ਹਾਂ ਵੀ ਆਪਾਂ ਪੜ੍ਹਨਾ ਇੱਥੋਂ ਕੈਨੇਡਾ ਜਾਣਾ, ਆਸਟ੍ਰੇਲੀਆ ਜਾਣਾ, ਤਾਂ ਉਹ ਸੋਚ ਨੂੰ ਤੁਸੀਂ ਬੜਾ ਅੱਛਾ ਡਿਸਕ੍ਰਾਈਬ ਕੀਤਾ ਕਿ ਹਾਲੀਵੁੱਡ ਤੋਂ ਸਟਾਰਟ ਕਰਕੇ ਦੁਬਾਰਾ ਮਾਂ ਬੋਲੀ ਨੇ ਤੁਸੀਂ ਆਪਣੀ ਵੀਰੇ ਹੋ ਤਾਂ ਗਿਆ, ਪਰ ਹੁਣ ਐਂ ਲੱਗਦਾ ਅਗਲਾ ਸੋਚਿਆ ਯਾਰ ਵੀ ਗੱਬਰ ਹੁਣ ਇਲੈਕਸ਼ਨਾਂ 'ਚ ਖੜੇ ਹੋਣ ਫਿਰ ਤਾਂ, ਪਰ ਹੱਸਣ ਦੀਆਂ ਗੱਲਾਂ ਨੇਗੀਆਂ। ਠੀਕ ਹੈ, ਮੈਨੂੰ ਲੱਗਦਾ ਜੇ ਆਪਾਂ ਕਿਸੇ ਨੂੰ ਪਿਆਰ ਕਰਦੇ ਹਾਂ ਤਾਂ ਆਪਾਂ ਨੂੰ ਜਿਤਾ ਵੀ ਲੈਣਾ ਚਾਹੀਦਾ, ਉਹਦੇ 'ਚ ਕੁਛ ਬੁਰਾ ਨਹੀਂ ਗਾ। ਅਤੇ ਰਹੀ ਗੱਲ ਵੀ ਪੰਜਾਬ, ਜੇ ਮੈਂ ਆਪਣੀ ਮਾਂ ਆ ਹੈ ਨਾ, ਆਪਾਂ ਨੂੰ ਘਰ ਦੇ ਸਿਖਾਉਂਦੇ ਨੇ ਯਾਰ ਭੂਮੀ ਸਾਡੀ ਮਾਂ ਆ ਹੈ ਨਾ, ਤਾਂ ਪੰਜਾਬ 'ਚ ਜੰਮਿਆ ਤਾਂ ਪੰਜਾਬ ਵੀ ਆਪਣਾ ਸਾਰਾ ਕੁਛ ਹੀ ਆ, ਅਤੇ ਆਪਾਂ ਜਿੱਥੇ ਰਹੇ ਹਾਂ, ਜਿੱਥੋਂ ਦਾ ਖਾਧਾ, ਜਿੱਥੋਂ ਦਾ ਪੀਤਾ, ਉਹਦੇ ਲਈ ਵੀ ਸਾਨੂੰ ਆਪਦੀਆਂ ਬਣਦੀਆਂ ਸੇਵਾਵਾਂ ਬਣਦੇ ਕੰਮ ਬਣਦੀਆਂ, ਜੋ ਵੀ ਸਾਡੀਆਂ ਸਰਵਿਸਿਸ ਨੇ ਜੋ ਅਸੀਂ ਉਹਦੇ ਲਈ ਕਰ ਸਕਦੇ ਹਾਂ, ਸਾਨੂੰ ਜ਼ਰੂਰ ਕਰਨਾ ਚਾਹੀਦਾ, ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਆ। ਗੱਬਰ ਬਾਈ, ਇੱਕ ਆਉਣ ਵਾਲੇ 5 ਟਾਈਮ 'ਚ ਤੁਹਾਡੇ ਕਿਹੜੇ ਅਪਕਮਿੰਗ ਪ੍ਰੋਜੈਕਟ ਜਿਹੜੇ ਤੁਸੀਂ ਪੰਜਾਬੀ ਸਿਨੇਮਾ ਨੂੰ ਦੇ ਸਕਦੇ ਹੋ? ਵੀਰੇ ਕੀ ਕਹਿੰਦੇ ਨੇ, ਵਾਈਟ, ਜਿੱਦਾਂ ਤੁਸੀਂ ਪਹਿਲਾਂ ਕਿਹਾ ਦ ਗੈਂਗਲੈਂਡ ਕੀਤੀ, ਜਲਵਾਯੂ ਇਨਕਲੇਵ ਸੀਗੀ, ਉਹ ਥੋੜ੍ਹਾ ਕੀ ਕਹਿੰਦੇ ਨੇ ਕਿ ਲੋਕਡਾਊਨ 'ਤੇ ਵੀ ਸੀ, ਉੱਦਾਂ ਅਲੱਗ ਤਰ੍ਹਾਂ ਦਾ ਰੋਮਾਂਟਿਕ ਜਿਹਾ ਸਬਜੈਕਟ ਸੀਗਾ, ਹੁਣ ਵਾਈਟ ਪੰਜਾਬ ਹੋ ਗਈ, ਤਾਂ ਨਾਲ ਦੇ ਇਹ ਵੀ ਕਹਿ ਦਿੰਦੇ ਨੇ ਵੀ ਯਾਰ ਹੁਣ ਨਾ ਬਾਈ ਕੋਈ ਲੜਾਈ ਝਗੜੇ ਵਾਲੇ ਸਬਜੈਕਟ ਨੂੰ ਹੱਥ ਪਾਇਓ, ਤਾਂ ਮੈਂ ਕਹਿੰਦਾ ਹੁੰਦਾ ਯਾਰ ਇਹ ਲੜਾਈ ਝਗੜੇ ਵਾਲੇ ਨਹੀਂ, ਇਹ ਮਤਲਬ ਇਹ ਲੋੜ ਆ ਹੈ ਨਾ, ਕਈ ਸਾਡੇ ਵਰਗੇ ਜਿਵੇਂ ਅਸੀਂ ਵੀ ਬਚਪਨੇ 'ਚ ਸੀ, ਸਕੂਲ ਕਾਲਜਾਂ 'ਚ ਸੀ, ਤਾਂ ਉਦੋਂ ਲੜਾਈਆਂ ਵਾਲੇ ਪਾਸੇ ਨੂੰ ਉਹ ਦੁਨੀਆ 'ਚ ਜਾਣ ਦਾ ਦਿਲ ਕਰਦਾ ਸੀਗਾ, ਤਾਂ ਮੈਨੂੰ ਲੱਗਦਾ ਹੁੰਦਾ ਯਾਰ ਵੀ ਇਹ ਫਰਜ਼ ਨੇ, ਕੱਲ੍ਹ ਨੂੰ ਸਾਡੇ ਜਵਾਕਾਂ ਦਾ ਵੀ ਗਲਤ ਰਾਹਾਂ 'ਤੇ ਜਾਣ ਨੂੰ ਦਿਲ ਨਾ ਕਰੇ, ਤਾਂ ਉਹਨਾਂ ਗਲਤ ਰਾਹਾਂ ਦੇ ਮੁਸਾਫਰਾਂ ਨੂੰ ਰਾਹ 'ਚ ਰੋਕਣ ਲਈ ਇੱਦਾਂ ਦੀਆਂ ਚੰਗੀਆਂ ਚੀਜ਼ਾਂ ਬਣਨੀਆਂ ਵੀ ਜ਼ਰੂਰੀ ਨੇ। ਪਰ ਇਹ ਤੋਂ ਇਲਾਵਾ ਹੁਣ 2-3 ਵਧੀਆ ਸਬਜੈਕਟ ਹੱਥ ਆ ਗਏ ਨੇਗੇ, ਅਤੇ ਉਹਨਾਂ ਦੇ ਉੱਪਰ ਜਲਦੀ ਕੀ ਕਹਿੰਦੇ ਨੇ ਅਨਾਊਂਸਮੈਂਟਸ ਕਰਾਂਗੇ, ਜਲਦੀ ਆਪਣੇ ਕੰਮ ਸ਼ੁਰੂ ਕਰਾਂਗੇ। ਅਤੇ ਗੱਬਰ ਬਾਈ, ਜਿਵੇਂ ਤੁਸੀਂ ਲਿਖਣਾ ਸਟਾਰਟ ਕੀਤਾ ਸੀ, ਤਾਂ ਅੱਜ ਕੱਲ੍ਹ ਵੀ ਯੂਥ ਹੈ ਜਿਹੜਾ, ਮਤਲਬ ਲਿਖਣ ਦਾ ਜਿਹੜਾ ਹੁਣ ਲਿਖ ਰਿਹਾ ਯੂਥ, ਉਹਨੂੰ ਕੀ ਮੈਸੇਜ ਦਿਓਗੇ ਕਿ ਕਿੱਦਾਂ ਲਿਖਣਾ ਚਾਹੀਦਾ, ਉਹਨੂੰ ਕੀ ਲਿਖਣਾ ਚਾਹੀਦਾ, ਜਾਂ ਲਿਖਦੇ ਹੋਏ ਉਹਨੂੰ ਕਿਹੜੇ ਚੀਜ਼ਾਂ ਜਿਹੜੀਆਂ, ਮਤਲਬ ਸ਼ਾਇਦ ਉਹ ਕਈ ਵਾਰ ਇਹੋ ਜਿਹਾ ਕੁਛ ਲਿਖ ਦਿੰਦੇ ਆ ਸ਼ਾਇਦ ਜਿਹੜਾ ਨਹੀਂ ਆਪਾਂ ਨੂੰ ਪੰਜਾਬ ਲਈ, ਐਂਟੀ ਪੰਜਾਬ ਵੀ ਲਿਖ ਦਿੰਦੇ ਕੁਛ ਲੋਕ, ਤਾਂ ਉਹਨਾਂ ਲਈ ਕੀ ਮੈਸੇਜ ਦੇਣਾ ਚਾਹੋਗੇ ਤੁਸੀਂ ਇੱਕ? ਵੀਰੇ ਲਿਖਣਾ ਮੈਨੂੰ ਲੱਗਦਾ ਕੁਦਰਤ ਤੁਹਾਨੂੰ ਚੂਜ਼ ਕਰਦੀ ਹੈ ਵੀ ਆਹ ਬੰਦੇ ਨੂੰ ਮੈਂ ਲਿਖਣ ਲਾ ਸਕਦੀ ਹਾਂ, ਤਾਂ ਮੈਂ 9ਵੀਂ 'ਚ ਪੜ੍ਹਦਾ ਸੀ, ਮੇਰੇ ਯਾਦ ਆ ਵੀ ਪੇਪਰ ਸੀਗੇ ਪੱਕੇ, ਤਾਂ ਪੇਪਰਾਂ ਦੀ ਤਿਆਰੀ ਕਰਦੇ ਕਰਦੇ ਨਾਲ ਗਾਣੇ ਸੁੱਜੀ ਜਾਣ ਮੇਰੇ, ਅੱਜ ਵੀ ਸ਼ਾਇਦ ਉਹ ਕਾਪੀ ਹੁਣ ਲਹਿਰੇ ਪਈ ਹੋ ਗਈ, ਵੈਸੇ ਤਾਂ ਮੈਂ ਪਹਿਲਾਂ ਸਾਂਭ ਕੇ ਰੱਖਦਾ ਸੀਗਾ, ਅਤੇ ਉਹ ਨਾਲ ਮਤਲਬ ਪੱਕੇ ਪੇਪਰਾਂ 'ਚ ਗਾਣੇ ਔਡ ਰਹੇ ਸੀਗੇ। ਉਸ ਤੋਂ ਬਾਅਦ ਜ਼ਿੰਦਗੀ 'ਚ ਕਿੰਨੇ ਵੀ ਬਿਜ਼ੀ ਹੋਈਏ ਵੀ ਲਿਖਣ, ਗੀਤ ਲਿਖਣ ਦੀ ਹਮੇਸ਼ਾ ਮਤਲਬ ਨਾਲ ਹੀ ਰਿਹਾ, ਉਹ ਕੁਦਰਤ ਵੱਲੋਂ ਹੀ ਮੈਨੂੰ ਲੱਗਦਾ। ਕੁਛ ਕੁ ਗਾਣੇ ਮੈਂ ਕਾਪੀ 'ਤੇ ਉਤਾਰ ਲੈਂਦਾ ਸੀ, ਕੁਛ ਕੁ ਗਾਣੇ ਮੈਨੂੰ ਲੱਗਦਾ ਸੀ ਕੁਦਰਤ ਨੇ ਦਿੱਤੇ ਨੇ, ਬਹੁਤ ਘੈਂਟ ਵੀ ਲੱਗਦੇ ਸੀ, ਪਰ ਆਪਾਂ ਉਹਨੂੰ ਭੁੱਲ ਜਾਂਦੇ ਸੀ ਜਾਂ ਕੁਦਰਤ ਵੱਲ ਹੀ ਛੱਡ ਦਿੰਦੇ ਸੀਗੇ। ਤਾਂ ਜੇ ਤੁਹਾਨੂੰ ਹੈ ਵੀ ਜੇ ਤੁਹਾਡੇ 'ਚ ਲਿਖਣ ਦਾ ਹੁਨਰ ਹੈ, ਉਹਦੇ ਲਈ ਪਿੰਗਲ ਸ਼ਸਤਰ ਹੈ, ਹੋਰ ਚੰਗੀਆਂ ਕਹਾਣੀਆਂ ਕਿਤਾਬਾਂ ਹੈ ਨਾ, ਚੰਗੇ ਲੇਖਕ ਪੜ੍ਹਦੇ ਰਹਿਣਾ ਚਾਹੀਦਾ। ਅਤੇ ਉਸ ਤੋਂ ਇਲਾਵਾ ਜਿੰਨਾ ਕੁ ਹੈਗਾ, ਕਿਉਂਕਿ ਜਿਵੇਂ ਤੁਸੀਂ ਆਲਰੇਡੀ ਆਪਾਂ ਗੱਲ ਕਰ ਰਹੇ ਸੀ ਵੀ ਨਸ਼ੇ ਬਹੁਤ ਨੇ ਆਲਰੇਡੀ ਚਾਰੇ ਪਾਸੇ ਹੈ ਨਾ, ਇਕੱਲੇ ਪੰਜਾਬ 'ਚ ਹੀ ਨਹੀਂ ਪੂਰੇ ਭਾਰਤ 'ਚ, ਪੂਰੀ ਦੁਨੀਆ 'ਚ ਹੀ ਹੈਗੇ ਨੇਗੇ, ਤਾਂ ਕੋਸ਼ਿਸ਼ ਕਰਿਆ ਕਰੀਏ ਆਪਾਂ ਯਾਰ ਆਪਦੇ ਗੀਤਾਂ 'ਚੋਂ ਨਸ਼ੇ ਕੱਢ ਸਕੀਏ ਹੈ ਨਾ। ਜਿੱਦਾਂ ਮੈਂ ਵੀ ਕਈ ਵਾਰ ਦਾਰੂ ਦੂਰੂ 'ਤੇ ਗੀਤ ਆਉਂਦਾ, ਬਟ ਆਪਾਂ ਉਹਨੂੰ ਲਿਖੀਦਾ ਹੀ ਨਹੀਂ ਗਾ ਮੈਨੂੰ, ਕਿਉਂਕਿ ਆਪਾਂ ਕਲੀਅਰ ਹਾਂ ਯਾਰ ਆਹ ਚੀਜ਼ਾਂ 'ਤੇ ਗੀਤ ਨਹੀਂ ਲਿਖਣੇ ਜਾਂ ਆਹ ਚੀਜ਼ਾਂ ਲਈ ਗੀਤ ਨਹੀਂ ਲਿਖਣੇ,
ਇੱਕ ਨਾ ਮੈਂ ਤੁਹਾਡੀ ਗੱਲ ਫੜ ਲਈ, ਤੁਸੀਂ ਕਿਹਾ ਨਾ ਮੈਂ ਪੇਪਰਾਂ ਦੇ ਵਿੱਚ ਸੋਚਦਾ ਵੀ ਗਾਣੇ ਲਿਖਦਾ, ਉਹਨੀ ਪਿੱਛੇ ਜਿਹਾ ਨਾ ਇੱਕ ਨਿਊਜ਼ ਆਈ ਸੀ, ਉਹਦੇ ਵਿੱਚ ਨਾ ਬੰਦੇ ਦਾ ਗਾਣਾ ਲਿਖਿਆ ਹੋਇਆ ਸੀ, ਬੜਾ ਵਾਇਰਲ ਹੋ ਗਿਆ ਉਸ ਟਾਈਮ, ਸੋਸ਼ਲ ਮੀਡੀਆ ਨੇ ਨਾ ਵਾਇਰਲ ਨਹੀਂ ਹੁੰਦਾ ਸੀ, ਮਤਲਬ ਤੁਹਾਡੀ ਸ਼ੀਟ ਵੀ ਇੱਦਾਂ ਵਾਇਰਲ ਤਾਂ ਨਹੀਂ ਹੋ ਸਕਦੀ ਸੀ? ਨਹੀਂ 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 ਪੇਪਰ, ਮਤਲਬ ਸ਼ੀਟ 'ਤੇ ਤਾਂ ਚਲੋ ਆਪਾਂ ਕੰਮ ਹੀ ਕਰਦੇ ਸੀਗੇ, ਅਤੇ ਉੱਦਾਂ ਕਹਿੰਦਾ ਵੀ ਜਦੋਂ ਤਿਆਰੀ ਕਰਦੇ ਹੁੰਦੇ ਸੀ, ਜਦੋਂ ਆਪਾਂ ਯਾਦ ਕਰ ਰਹੇ ਹੁੰਦੇ ਹਾਂ ਉਦੋਂ ਗਾਣੇ ਔੜਦੇ ਰਹਿੰਦੇ ਸੀਗੇ। ਅਤੇ ਗੱਬਰ ਜੀ, ਕੋਈ ਲਾਸਟ ਮੈਸੇਜ ਸਾਡੇ ਯੂਥ ਲਈ, ਪੀ ਯੂ ਪਲਸ ਯੂਥ ਲਈ, ਅਤੇ ਕੋਈ ਤੁਹਾਡਾ ਕੋਈ ਹੋਵੇ ਕਿ ਹਾਂ ਮੈਂ ਇਹ ਗੱਲ ਪੰਜਾਬ ਯੂਨੀਵਰਸਿਟੀ ਦੇ ਯੂਥ ਤੱਕ ਪਹੁੰਚਾਉਣਾ ਚਾਹੁੰਦਾ? ਬਸ ਵੀਰੇ ਕੀ ਕਹਿੰਦੇ ਨੇ, ਜੀ ਲਓ ਜਿੰਨਾ ਕੁ ਟਾਈਮ ਯੂਨੀਵਰਸਿਟੀ 'ਚੋਂ, ਸੋਹਣੇ ਦਿਨ ਨੇ, ਬਾਅਦ 'ਚ ਉਹਨਾਂ ਦਿਨਾਂ ਨੂੰ ਮਿਸ ਹੀ ਕਰਦੇ ਰਹੋਗੇ, ਅਤੇ ਸਭ ਦਾ ਚੰਗਾ ਕਰੋ, ਚੰਗਾ ਬਣਨ ਦੀ ਕੋਸ਼ਿਸ਼ ਕਰੋ, ਅਤੇ ਕੀ ਕਹਿੰਦੇ ਨੇ ਪੀ ਯੂ ਪਲਸ ਨੂੰ ਵੀ ਧੰਨਵਾਦ ਮੈਨੂੰ ਬੁਲਾਉਣ ਲਈ ਵੀ ਮੇਰੇ ਹਣਾ। ਮੈਨੂੰ ਲੱਗਦਾ ਯੂਨੀਵਰਸਿਟੀ ਕਿਸੇ ਪੇਜ ਲਈ ਇਹ ਪਹਿਲੀ ਵਾਰ ਸ਼ਾਇਦ ਇੰਟਰਵਿਊ ਹੈ, ਤਾਂ ਕਰਕੇ ਮੈਨੂੰ ਵਧੀਆ ਵੀ ਲੱਗ ਰਿਹਾ, ਚੰਗਾ ਵੀ ਲੱਗ ਰਿਹਾ, ਅਤੇ ਦੁਆ ਕਰਦਾ ਵੀਰੇ ਤੁਹਾਡਾ ਪੇਜ ਵੀ ਸੋਹਣਾ ਕੰਮ ਕਰਦਾ ਰਹੇ ਅਤੇ ਬਹੁਤ ਉੱਚਾ ਜਾਏ। ਇਹ ਸਾਡੇ ਲਈ ਬੜੇ ਮਾਣ ਦੀ ਗੱਲ ਹੈ ਗੱਬਰ ਜੀ, ਅਤੇ ਉਮੀਦ ਕਰਦੇ ਤੁਸੀਂ ਵੀ ਪੰਜਾਬ ਦੇ, ਪੰਜਾਬ ਦੀ ਤਰੱਕੀ ਲਈ ਵਧੀਆ ਵਧੀਆ ਮੂਵੀਜ਼ ਕੱਢਦੇ ਰਹੋ, ਅਤੇ ਅਸੀਂ ਵੀ ਉਹਨਾਂ ਨੂੰ ਦੇਖ ਦੇਖ ਕੇ ਕੁਛ ਨਾ ਕੁਛ ਸਿੱਖਦੇ ਰਹੀਏ। ਅਤੇ ਗੱਬਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਆਪਣਾ ਕੀਮਤੀ ਸਮਾਂ ਦੇਣ ਲਈ, ਉਮੀਦ ਕਰਦੇ ਹਾਂ ਇੱਕ ਵਾਰ ਫਿਰ ਜਲਦੀ ਹੀ ਮੁਲਾਕਾਤ ਹੋਵੇਗੀ। ਤਦ ਤੱਕ ਦਿਓ ਇਜਾਜ਼ਤ, ਤੁਸੀਂ ਦੇਖਦੇ ਰਹੋ ਦਾ ਪਲਸ ਟੋਕ, ਜਲਦੀ ਹਾਜ਼ਰ ਹੋਵਾਂਗੇ ਇੱਕ ਨਵੇਂ ਸ਼ਖਸ ਨਾਲ। ਧੰਨਵਾਦ। ਧੰਨਵਾਦ ਜੀ, ਥੈਂਕ ਯੂ।